हाँ जी सलामकुम दोस्तों मैं थोड़ा भीर थोड़ा दोस्त साजरा ना तो अज असी इतने पहुँचे जी जिला उकाड़ा तहसील दबालपुर ते गांव है, है जी, जी उन्नजाड़ी ते आज अज गल्ला बता करा उस्ताद मौलवी शरीफ नाल जी बड़े अच्छे खिलाड़ी साढ़े इलाका दे एक बहुत अच्छा नाम बजुर्ग हस्ती कबूतरबाजी ਇੱਕ ਬੜਾ ਉਹਨਾਂ ਨੇ ਨਾਮ ਕਮਾਇਆ ਖਾਲਸਾ ਤੇ ਬਹੁਤ ਹੀ ਅੱਛੇ ਖਿਡਾਰੀ ਮੰਜੇ ਖਿਡਾਰੀ ਜਿਸ ਜਗ੍ਹਾ ਤੇ ਵੀ ਜਿਸ ਟੂਰਨਾਮੈਂਟ 'ਚ ਵੀ ਗਏ ਨੇ ਤੇ ਅਲਹਮਦੁਲਿਲਾ ਇਹਨਾਂ ਨੇ ਉੱਥੇ ਪੋਜੀਸ਼ਨ ਹਾਸਲ ਕੀਤੀ ਹੈ ਤੇ ਬਹੁਤ ਹੀ ਅੱਛਾ ਨਾਮ ਬਹੁਤ ਅੱਛੇ ਕਬੂਤਰ ਤੇ ਇਹਦੇ ਬਾਰੇ 'ਚ ਆਪਾਂ ਇਹਨਾਂ ਨਾਲ ਅੱਜ ਗੱਪਸ਼ਪ ਕਰਾਂਗੇ ਜੀ ਇਹਨਾਂ ਨੇ ਕਬੂਤਰ ਕਿੱਥੋਂ ਬਣਾਏ ਕਿਦੋਂ ਇਹਨਾਂ ਨੂੰ ਸ਼ੌਕ ਸ਼ੁਰੂ ਆਇਆ ਕਬੂਤਰ ਕਬੂਤਰਾਂ ਦਾ ਤੇ ਚਲਦੇ ਆਂ ਤੁਹਾਨੂੰ ਮਿਲਾਂਦੇ ਆਂ ਜੀ 우ਸਤਾਦ ਮੌਲਵੀ شریف ਨਾਲ ਜੀ ਸਲਾਮ ਅਲੈਕੁਮ ਸਾਈ ਵਾਅਲੈਕੁਮ ਸਲਾਮ ਜੀ ਕੀ ਹਾਲ ਚਾਲ ਹੈ ਦਾੜਾ ਅਲਹਮਦੁਲਿਲਾ ਅੱਛਾ ਜੀ ਸਾਈ ਤੁਹਾਨੂੰ ਅੱਜ ਅਸੀਂ ਤੁਹਾਡਾ ਇੰਟਰਵਿਊ ਕਰਨ ਆਏ ਆਂ ਜੀ ਤੇ ਤੁਹਾਨੂੰ ਇਹ ਪੂਰੀ ਦੁਨੀਆ ਦੇਖ ਰਹੀ ਹੈ ਤੇ ਸਾਨੂੰ ਇਹ ਦੱਸੋ ਕਿ ਕਬੂਤਰ ਬਾਜ਼ ਦਾ ਜਿਹੜਾ ਸ਼ੌਕ ਹੈ ਜੀ ਉਹ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਜੀ ਬਚਪਨ ਦੇ ਵਿੱਚ ਸਕੂਲੇ ਪੜਦਾ ਸੀ ਮੈਂ ਅੱਛਾ ਜੀ ਪਹਿਲੀ ਜਮਾਤ ਹਾਂਜੀ ਤੇ ਇੱਕ ਕਬੂਤਰਾਂ ਦਾ ਸ਼ੌਕ ਲੱਗਿਆ ਮੈਨੂੰ ਅੱਛਾ ਜੀ ਕਿਸ ਤਰ੍ਹਾਂ ਮਸਲਨ ਦਾ ਸ਼ੌਕ ਲੱਗਿਆ ਕਿਨੂੰ ਦੇਖ ਕੇ ਇਹ ਕਬੂਤਰਾਂ ਦਾ ਸ਼ੌਕ ਮੈਨੂੰ ਇਹ ਠੀਕ ਸਾਡੇ ਗਾਉਂ ਦੇ ਵਿੱਚ ਮਮਾ ਸੀ ਅੱਛਾ ਜੀ ਨਾਈ ਹਾਂਜੀ ਸਭ ਤੋਂ ਪਹਿਲੇ ਉਸ ਪਿੰਡੀ ਕਬੂਤਰ ਰੱਖੇ ਸੀ ਅੱਛਾ ਮਮਾ ਨਾਈ ਨੇ ਜੀ ਹਾਂਜੀ ਕਿੱਥੋਂ ਕਬੂਤਰ ਲੈ ਕੇ ਆਏ ਸੀ ਉਹ ਉਹਨਦੇ ਕੋਲ ਦੂਸਰੇ ਸਰ ਨਾਲ ਉੱਚੀ ਉਡਾਨ ਵਾਲੇ ਹਾਈ ਫਲਾਇਰ ਉੱਚੇ ਵਾਲੇ ਜੀ ਓਹੋ ਕੁਰਸੀ ਰੇਜ ਹੈ ਅੱਛਾ ਜੀ ਉਹ ਦਰਪਿੰਡ ਚ ਕਿਧਰ ਆ ਗਏ ਕਬੂਤਰ ਜੀ ਉਹ ਪਹਿਲੇ ਦੌਰ ਦੇ ਵਿੱਚ ਫਿਰ ਉਹ ਕੁਰਸੀ ਰੇ ਕਬੂਤਰ ਘਰ ਦੇ ਵਿੱਚ ਬੰਦੇ ਰੱਖਦੇ ਸੀ ਸ਼ੌਕ ਨਾਲ ਅੱਛਾ ਸਹੀ ਉਤੋਂ ਮੈਨੂੰ ਸ਼ੌਕ ਲੱਗਿਆ ਅੱਛਾ ਮੈਂ ਪਹਿਲੇ ਦੋ ਉਹਨਦੇ ਕੋਲ ਲੈ ਕਬੂਤਰ ਅੱਛਾ ਦੋ ਕਬੂਤਰ ਤੁਸੀਂ ਉਹਨਦੇ ਕੋਲ ਲਏ ਉਹ ਉੱਚੀ ਵਾਲੇ ਸੀ ਹਾਈ ਫਲਾਇਰ ਸੀ ਸਹੀ ਫਿਰ ਆਸ-ਆਸਤਾ ਜਨਾਬ ਉਹਨਾਂ ਦਾ ਜਾਨ ਛਡਾਈ ਅੱਛਾ ਜੀ ਤੇ ਨੀਵੀਂ ਵਾਲੇ ਲੈ ਲੇਤਾ ਆਲੇ ਜਿਹੜੇ ਤੁਸੀਂ ਨੀਵੀਂ ਵਾਲੇ ਕਬੂਤਰ ਲਾਇਆ ਜੀ ਉਹ ਕਿੰਦੇ ਕੋਲ ਲਾਇਆ ਸੀ ਉਹ ਕਬੂਤਰ ਤਾਂ ਆਪਣੇ ਕੋਲ ਇਸ ਇਲਾਕੇ ਦੇ ਵਿੱਚ ਸਰਦਾਰ صدیق ਦੇ ਨੇ ਅੱਛਾ ਜੀ ਸਰਦਾਰ صدیق ਸਰਦਾਰ صدیق ਸਰ ਜੀ ਆਪਣੇ ਸਾਡੇ ਇਲਾਕੇ ਦੇ ਹੀ ਬਹੁਤ ਅੱਛੇ ਮੰਜੇ ਪਲੇਅਰ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਤੇ ਫਰਦੋਸ اعلی ਮਕਾਮ ਤਾਇਫ ਰਹਾ ਬਹੁਤ ਅੱਛੇ ਖਿਡਾਰੀ ਬਹੁਤ ਅੱਛਾ ਸ਼ੌਕ ਕਰਕੇ ਗਏ ਜੀ ਤਕਰੀਬਨ ਅਸੀਂ ਪਾਕਿਸਤਾਨ ਦੇ ਜਿਹੜੇ ਵੀ ਇਲਾਕੇ ਤੇ ਚਲੇ ਜਾਓ ਤੁਹਾਨੂੰ ਉਹਨਾਂ ਦਾ ਨਾਮ ਮਿਲੇਗਾ ਉਹਨਾਂ ਦੇ ਕਬੂਤਰਾਂ ਚ ਜਿਹੜਾ ਨਾ ਸਰਦਾਰ ਸਦੀਕ ਦੇ ਕਬੂਤਰਾਂ ਦਾ ਪਾਰ ਜ਼ਰੂਰ ਮਿਲੇਗਾ ਤੇ ਬਹੁਤ ਅੱਛੇ ਖਿਲਾੜੀ ਸੀ ਅੱਛਾ ਜੀ ਉਹਨਾਂ ਦੇ ਕਬੂਤਰਾਂ ਦੇ ਪਾਰ ਸੀ ਤੁਹਾਡੇ ਕੋਲ ਹਾਂ ਜੀ ਕਿੰਦੇ ਕੋਲ ਐ ਸੀ ਜੀ ਤੁਸੀਂ ਉਹ ਕਬੂਤਰ ਗ ਸਰਦਾਰ ਦਾ ਸੀ ਸ਼ਾ ਅਖਾ ਅੱਛਾ ਜੀ ਸਿਰ ਦੇ ਉੱਤੇ ਸੇ ਬੋਦੀ ਸੀ ਉਹਨੂੰ ਹਾਂ ਜੀ ਬੋਦੀ ਵਾਲਾ ਜੀ ਹਾਂ ਜੀ ਅੱਛਾ ਜੀ ਉਹ ਕਬੂਤਰ ਮੇਰੇ ਵਾਲਦ ਦੇ ਹੱਥੀ ਚੜਿਆਦੇ ਉਸ ਲਿਆ ਕੇ ਮੈਨੂੰ ਦੇ ਦਿੱਤਾ ਅੱਛਾ ਜੀ ਫਿਰ ਉਹਦੀਗਾ نسل ਵਧਾਈ ਉਸ ਤੋਂ ਬਾਅਦ ਇੱਕ ਰਿਸ਼ ਕਬੂਤਰ ਛੱਡਿਆ ਸੀ ਸਰਦਾਰ ਨੇ ਚਿਪਲੀਪੁਰ ਅੱਛਾ ਜੀ ਉਹ ਚਿਪਲੀਓ ਨਿਕਲ ਕੇ 47D ਚ ਆ ਗਿਆ 47D ਅੱਛਾ ਇੱਥੇ ਮੀਆਂ ਮਕਬੂਲ ਐ 47 ਦਾ ਉਸਨੇ ਪਕੜ ਲਿਆ ਅੱਛਾ ਜੀ ਕੁਛ ਨਸਲ ਉੰਦੀ ਆ ਗਈ ਜੀ ਜੀ ਉੱਚੋ ਬੋਦੀ ਵਾਲੇ ਕਬੂਤਰ ਸ਼ਾਖੇ ਦੀ ਯਾਨੀ ਕਿ ਮੇਨ ਅਗੋ ਸਰਦਾਰ ਦੇ ਕਬੂਤਰ ਸਾਡੇ ਕੋਲ ਦੋ ਆਏ ਆਂ ਦੀ ਤੁਸੀਂ ਬਰੀਡ ਕਰਵਾਈ ਆਹ ਤਾਂ ਇਹ ਕਿਹੜੇ ਸੰਦੀ ਗੱਲ ਐ ਜੀ ਤੁਹਾਨੂੰ ਯਾਦ ਹੋਵੇ ਤਕਰੀਬਨ ਉਸ ਵਕਤ ਮੇਰੀ ਉਮਰ 7 ਸਾਲ ਦੀ ਸੀ ਅੱਛਾ 7 ਕੇ ਸਾਲ ਮਾਸ਼ਾਅੱਲਾ ਜੀ ਮੈਂ ਮਤਲਬ ਫਿਰ 87 88 ਦੀ ਗੱਲ ਹੈ ਜੀ ਇਹ ਹਾਂ ਜੀ ਬੜੀ ਪੁਰਾਣੀ ਗੱਲ ਹੈ ਹੂੰ ਉਸ ਤੋਂ ਬਾਅਦ ਨਾ ਵਾਸਤਾ ਆਸਤਾ ਸ਼ੌਕ ਲੱਗਾ ਗਿਆ ਅੱਛਾ ਫਿਰ ਹੌਲੀ ਹੌਲੀ ਨੰਬਰ ਉਡਾਉਣ ਲੱਗ ਪਏ ਸੀ ਅੱਛਾ ਜੀ ਉਸ ਦੇ ਬਾਅਦ ਹੀ ਉੜਦੇ ਸੀ 100 ਰੁਪਏ ਦੀ 50 ਰੁਪਏ ਦਾ ਅੱਛਾ ਜਿਹੜੀ ਤੁਸੀਂ ਪਹਿਲੀ ਬਾਜ਼ੀ ਛੱਡੀ ਜੀ ਓ ਕਿਹੜੀ ਜਗ੍ਹਾ ਤੇ ਛੱਡੀ ਸੀ ਤੇ ਕਿੰਨੇ ਕਬੂਤਰ ਉੱਡੇ ਸੀ ਉਸ ਬਾਜ਼ੀ 'ਚ ਪਹਿਲੀ ਬਾਜ਼ੀ ਇਹ ਸਾਪਣੇ گاؤں ਦੇ ਵਿੱਚ ਮੈਂ ਛੱਡੀ ਕਬੂਤਰ ਉੱਡੇ ਸੀ 17 ਅੱਛਾ 17 ਕਬੂਤਰ ਉੱਡੇ ਸੀ ਹਾਂਜੀ ਤੇ ਮੋੜ ਕਿੰਨਾ ਸੀ ਜੀ ਮੋੜ 100 ਰੁਪਏ ਅੱਛਾ 100 ਰੁਪਏ ਮੋੜ ਸੀ ਜ਼ਬਰਦਸਤ ਕਬੂਤਰ 17 ਕਬੂਤਰ ਉੱਡੇ ਸੀ ਜੀ ਜੀ ਅੱਛਾ ਤੇ ਉਹਨਾਂ ਦੇ ਵਿੱਚੋਂ ਇੱਕ ਜਾਨਵਰ ਆਪਣਾ ਘਟ ਗਿਆ ਅੱਛਾ ਜੀ ਦੋ ਛੱਡੇ ਤੁਸੀਂ ਹਾਂਜੀ ਸਹੀ ਉਹ ਤਿਆਰ ਕਿਨੇ ਕੀਤੇ ਸੀ ਜੀ ਤਿਆਰ ਮੈਂ ਖੋਲੀ ਕੀਤੇ ਤੁਹਾਨੂੰ ਪਤਾ ਵੀ ਤਿਆਰ ਕਰਨ ਦਾ ਨਹੀਂ ਕੋਈ ਪਤਾ ਨਹੀਂ ਸੀ ਐਵੇਂ ਢਕੋਸੜਾ ਹੀ ਮਾਰਿਆ ਅੱਛਾ ਕੀ ਕੀਤਾ ਸੀ ਉਹਨਾਂ ਨਾਲ ਤੁਸੀਂ ਬਹੁਤ ਗਰਮ ਗਰਮ ਕਰਕੇ ਛੱਡ ਦਿੱਤੇ ਅੱਛਾ ਜੀ ਜਦੋਂ ਸ਼ਾਮ ਦਾ ਟਾਈਮ ਹੋਇਆ 6 ਵਜੇ ਬਾਵਲੇ ਸੀ ਇੱਕ ਕਬੂਤਰ ਮੇਰਾ ਘਟ ਗਿਆ ਕੋ ਦੋ ਮਿੰਟ ਰਹਿੰਦੇ ਸੀ ਅੱਛਾ ਦੋ ਮਿੰਟ ਪੈਸ ਦੇ ਕਬੂਤਰ ਉੱਡਾ ਬੈਠ ਗਿਆ ਬੈਠ ਗਿਆ ਤੇ ਉਹ ਮਾਦੀ ਰਹਿ ਗਈ ਅੱਛਾ ਜੀ ਮਾਦੀ ਰਹਿ ਗਈ ਤੇ ਇਹ ਬੰਦੇ ਬੈਠੇ ਸਨ ਜਿਵੇਂ ਆਪਾਂ ਇਕੱਠਾ ਮਜਮਾ ਆਇਆ ਬੈਠਾ ਹੈ ਹਾਂ ਜੀ ਤੇ ਉਸਤਾਦ ਮੇਰਾ ਵੀ ਵਿੱਚ ਬੈਠਾ ਸੀ ਮੈਨੂੰ ਪਤਾ ਨਹੀਂ ਸੀ ਵੀ ਇਹਨੂੰ ਸ਼ੌਂਕ ਹੈ ਕਬੂਤਰਾਂ ਦਾ ਅੱਛਾ ਜੀ ਉਹ ਉਸਤਾਦ ਉਹ ਨਾਲ ਦਾ ਜਿਹੜਾ ਬੰਦਾ ਸੀ ਹਾਂਜੀ ਹਾਂਜੀ ਮੁਖਾਲਫ ਹਾਂਜੀ ਉਹਨੂੰ ਸਾਕਿਆ ਬਈ ਬੱਚਾ ਹੈ ਤੇ ਬੜੀ ਕੋਟਸ ਕੀਤੀ ਆ ਕਬੂਤਰ ਨੂੰ ਹਾਂਜੀ ਤੇ ਇਹਨੂੰ ਦੋਵੇਂ ਮੋੜਨ ਦੇ ਅੱਛਾ ਤੁਸੀਂ ਪਹਿਲੀ ਬਾਜ਼ੀ ਛੱਡੀ ਦੋ ਕਬੂਤਰ ਤੁਸੀਂ ਛੱਡੇ ਟੋਟਲ 17 ਕਬੂਤਰ ਉੜੇ ਤੇ ਉਹਨਾਂ 17 ਕਬੂਤਰਾਂ ਚ ਟੋਟਲ ਕਿੰਨੇ ਕਬੂਤਰ ਮੋੜ ਚ ਪੈ ਗਏ ਦੂਸਰੇ ਦਿਨ ਜਿਹੜੇ ਉੱਡਨੇ ਸੀ ਤਿੰਨ ਮੋੜੇ ਪੈ ਗਏ ਅੱਛਾ ਤਿੰਨ ਕਬੂਤਰ ਮੋੜ ਚ ਪੈ ਗਏ ਇੱਕ ਦਿਨ ਦੇ ਵਿੱਚ ਤੁਹਾਡਾ ਸੀ ਆ ਇੱਕ ਦੋ ਦੂਸਰੇ ਮੁਖਾਲਫਾਂ ਦੇ ਸੀ ਮੁਖਾਲਫਾਂ ਦੇ ਅੱਛਾ ਜੀ ਉਹ ਦੁੱਸਰ ਦੇ ਵਿੱਚ ਨਾ ਉਹ ਉਸਤਾਦ ਨੇ ਕਬੂਤਰ ਮੇਰੇ ਵਾਲਾ ਮੋੜ ਦਿੱਤਾ ਅੱਛਾ ਯਾਨੀ ਕਿ ਉਦੋਂ ਤੁਹਾਡੇ ਉਸਤਾਦ ਹੋ ਹੈਗੇ ਸੀ ਕੀ ਨਾਮ ਸੀ ਜੀ ਉਹ ਉਸਤਾਦ ਉਦੋਂ ਨਹੀਂ ਸੀ ਮੇਰੇ ਉਹ ਕੀ ਨਾਮ ਸੀ ਬੈਠੇ ਦੇ ਐਵੇਂ ਦਾਵਤ ਦੇ ਵਿੱਚ ਆ ਕੇ ਉਹ ਨਾਲ ਦੇ ਨੂੰ ਸਾਕਿਆ ਵੀ ਬੱਚੇ ਨੂੰ ਕਬੂਤਰ ਮੋੜਨ ਦਿਓ ਅੱਛਾ ਨਾਲ ਦਾ ਹਾਂਜੀ ਜਿਹੜਾ ਦੋ ਮਿੰਟ ਡ੍ਰੈਗਨ ਦੋ ਪਹਿਲੇ ਬੈਠ ਗਿਆ ਸੀ ਘਟ ਗਿਆ ਯਾਨੀ ਕਿ ਸ਼ਿਕਾਰੀ ਇਕੱਠੇ ਹੋਏ ਸੀ ਤਾਂ ਉਹਨਾਂ ਨੇ ਕਿਹਾ ਵੀ ਬੱਚੇ ਦਾ ਕਬੂਤਰ ਦੋ ਮਿੰਟ ਪਹਿਲਾਂ ਬੈਠ ਗਿਆ ਵੀ ਇਹ ਵੀ ਇਹਨਾਂ ਨੂੰ ਮੋੜ ਕੇ ਉਡਾਣ ਦਿਓ ਉਹਨਾਂ ਨੇ ਨਾ ਮੰਨਿਆ ਉਸ ਆ ਕਹਿੰਦਾ ਆਉ ਬੱਚਾ ਜੂ ਬਹਿ ਗਿਆ ਨਾਲ ਦਾ ਕਬੂਤਰ ਉਹ ਮਾਦੀ ਜਿਹੜੀ ਨੇ ਸ਼ਾਮ ਕਰ ਗਈ ਤੂੰ ਇਹ ਮੋੜ ਦੇ ਅੱਛਾ ਯਾਨੀ ਕਿ ਦੂਸਰੇ ਸ਼ਿਕਾਰੀ ਨੇ ਤੁਹਾਡੇ ਉਸਤਾਦ ਨੂੰ ਕਿਹਾ ਆ ਸਹੀ ਉਹ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਉਹਦੇ ਕਦਮੀ ਲੱਗ ਗਿਆ ਮੈਂ ਕਿਹਾ ਬਾਬਾ ਜੀ ਮੇਰੇ ਨਾਲ ਕੋਈ ਵਸ ਮਾਰਿਆ ਅੱਛਾ ਯਾਨੀ ਕਿ ਉਹ ਤੁਹਾਡੇ ਉਸਤਾਦ ਉਸ ਨੂੰ ਨਹੀਂ ਪਕੜਿਆ ਉਸਤਾਦ ਨੇ ਵੈਸੇ ਸ਼ੌਕ ਦੇਖਣ ਆਏ ਦੇਖਣ ਵਾਸਤੇ ਆਏ ਸਹੀ ਉਸ ਮਿੰਟ ਦਵਾਈ ਦਿੱਤੀ ਹਾਂਜੀ ਕਬੂਤਰ ਮੋੜਿਆ ਤੇ ਨਾਲ ਉਹ ਜਿਸ ਮੁਖਾਲिफ ਨੂੰ ਸਾਖਿਆ ਸੀ ਉਹਨੂੰ ਸਾਖਿਆ ਸਵੇਰੇ ਜਿਆਦਾ ਟਿਲ ਮਾਰ ਕੇ ਆਮੀ ਅੱਛਾ ਯਾਨੀ ਕਿ ਨਾਲ ਉਹਨੂੰ ਵੀ ਉਹਨੇ ਚੈਲੰਜ ਕਰ ਦਿੱਤਾ ਚੈਲੰਜ ਕਰ ਦਿੱਤਾ ਤਿਆਰ ਅੱਛੀ ਤਰ੍ਹਾਂ ਤਿਆਰ ਕਰਕੇ ਆਣਾ ਕਬੂਤਰ ਉਸ ਤੋਂ ਬਾਅਦ ਜਨਾਬ ਜਦੋਂ ਕਬੂਤਰ ਉੱਡੇ 3:30 ਵਜੇ ਜਨਾਬ ਆਪਣਾ ਕੱਲਾ ਹੀ ਜਿੱਤ ਗਿਆ ਅੱਛਾ 3:30 ਵਜੇ ਦਾੜਾ ਕਬੂਤਰ ਜਿਹੜਾ ਮੋੜ ਕੇ ਚੱਲ ਗਿਆ ਮਾਸ਼ਾਅੱਲਾ ਜੀ ਅੱਛਾ ਜੀ ਵਿਸਾਖ ਦੇ ਦਿਨ ਸੀ ਹਾਂਜੀ ਸਰ ਫਿਰ ਉਹ ਦੂਸਰਾ ਸ਼ਗੀਰ ਦੇ ਫਿਰ ਤੁਸੀਂ ਹੁੰਦੇ ਕਿਦੋਂ ਹੋਏ ਬਿਠਾਇਆ ਸ਼ਾਮ ਦੀ ਅਜ਼ਾਨ ਅੱਛਾ ਯਾਨੀ ਕਿ 3:30 ਵਜੇ ਜਿੱਤ ਕੇ ਤੇ ਸ਼ਾਮ ਦੀ ਅਜ਼ਾਨ ਵਾਲੇ ਬੈਠਾ ਉਸੇ ਮਾਇਓ ਦੇ ਕਦਮੀ ਲੱਗ ਗਿਆ ਜਨਾਬ 48 ਦੀਦਾ ਸੀ ਇਹ ਨਾਲ ਹੀ ਆਪਣੇ ਪਿੰਡ ਹੈ ਅੱਛਾ ਜੀ 48 ਦੀਦਾ ਮੁਹੰਮਦ ਅਲੀ ਉਸ ਦਾ ਨਾਮ ਸੀ ਠੀਕ ਠੀਕ ਅੱਛਾ ਜੀ ਕੌਮ ਦਾ ਪਾਵਲੀ ਸੀ ਅੱਛਾ ਜੀ ਸਹੀ ਉਹ ਮਾਇਓ ਉਸ ਨੂੰ ਫਿਰ ਉਸਤਾਦ ਪਕੜ ਲਿਆ ਅੱਛਾ ਜੀ ਅੱਛਾ ਉਸ ਦੌਰ ਚ ਕਿਸ ਤਰ੍ਹਾਂ ਉਸਤਾਦੀ ਚਿਗਰਦੀ ਕਿਸ ਤਰ੍ਹਾਂ ਹੁੰਦੀ ਸੀ ਇਹੋ ਆਪਣਾ ਪੱਗ ਬਣਾ ਦਿੱਤੀ ਮਠਿਆਈ ਅੱਛਾ ਜੀ ਕੋਈ ਜਨਾਬ ਕਪੜੇ-ਕੁਪੜੇ ਲੈ ਕੇ ਦਿੱਤੇ ਉਹਨੂੰ ਉਹ ਮੇਰੇ ਦੁਬਾਰਾ ਭਾਈ ਖਾਲਦ ਬੈਠਾ ਹੈ ਉਸਨੇ ਉਸਤਾਦ ਦੀ ਬੜੀ ਖੇਮਤ ਕੀਤੀ ਹੋ ਅੱਛਾ ਜੀ ਉਸਤਾਦ ਉਸਤਾਦ ਖਾਲਦ ਇਹ ਵੀ ਜੀ 49 ਡੀ ਦੇ ਨੇ ਜੀ ਮਾਸ਼ਾਅੱਲਾ ਬੜੇ ਅੱਛੇ ਪਲੇਅਰ ਨੇ ਬੜਾ ਅੱਛਾ ਕਬੂਤਰ ਉਡਾਣਦੇ ਨੇ ਇਹ ਉਸਤਾਦ ਖਾਲਦ ਵੀ ਤੇ ਉਸਤਾਦ ਮੌਲਵੀ ਸ਼ਰੀਫ ਦੋਨੋਂ ਇੱਕੋ ਉਸਤਾਦ ਹੈ ਸ਼ਰੀਫ ਨੇ ਜੀ ਤੇ ਇੱਕ ਹੀ ਗਾਉਂ ਚ ਰਹਿੰਦੇ ਨੇ ਤੇ ਬੜੇ ਬੜੇ ਅੱਛੇ ਕਬੂਤਰ ਬੜੇ ਅੱਛੇ ਕਬੂਤਰ ਬਾਜ਼ ਨੇ ਜੀ ਇਹ ਵੀ ਬੜਾ ਅੱਛਾ ਨਾਮ ਹੈ ਇਹਨਾਂ ਦਾ ਤਕਰੀਬਨ ਹਰ ਜਗ੍ਹਾ ਤੇ ਇਕੱਠਾਈ ਸ਼ੌਕ ਹੁੰਦਾ ਹੈ ਤੇ ਮੇਰੇ ਦੇਖਣ ਸੇ ਮੈਂ ਜਿੱਥੇ ਵੀ ਗਿਆ ਨਾ ਜੀ ਤੇ ਇਹ 우ਸਤਾਦ ਖਾਲਦ ਨੇ ਵੀ ਬੜਾ ਅੱਛੇ ਕਬੂਤਰ ਛੱਡੇ ਨੇ ਤੇ ਬੜਾ ਅੱਛਾ ਨਾਮ ਬਣਾਇਆ ਤੇ ਹਰ ਪੋਜੀਸ਼ਨ ਇਹਨਾਂ ਨੇ ਹਾਸਲ ਕੀਤੀ ਹੈ ਕਿਉਂਕਿ ਦੇਖੋ ਜੀ ਇੱਕ 우ਸਤਾਦ ਜਿਹੜੇ ਨਾ ਸ਼ਗਿਰ ਦੇ ਸਾਰੇ ਇੱਕ ਜਿਹੇ ਨਹੀਂ ਹੁੰਦੇ ਹਰ ਸ਼ਗਿਰ ਨੇ ਆਪਣੇ ਅਕਲ ਦੇ ਮੁਤਾਬਕ ਜਿਹੜਾ ਨਾ ਉਹ ਇਲਮ ਹਾਸਲ ਕਰਨਾ ਹੁੰਦਾ ਹੈ ਲੇਕਿਨ ਮੈਂ ਇਹ ਦੇਖਿਆ ਕਿ 우ਸਤਾਦ ਜਿਹੜਾ ਜੀ ਖਾਲਦ ਸਾਹਿਬ ਨੇ ਇਹਨਾਂ ਨੇ ਵੀ ਜਿੱਥੇ ਵੀ ਪੁਆਇੰਟ ਲਿਆ ਉੱਥੇ ਇਹਨਾਂ ਨੇ ਪੋਜੀਸ਼ਨ ਹਾਸਲ ਕੀਤੀ ਹੈ ਉਸਤਾਨ ਮੌਲਵੀ ਸ਼ਰੀਰ ਨੇ ਵੀ ਪੋਜੀਸ਼ਨ ਹਾਸਲ ਕੀਤੀ ਤੇ ਬੜੇ ਅੱਛੇ ਕਬੂਤਰ ਉਡਾਣ ਦੇ ਨੇ ਜੀ ਅੱਛਾ ਜੀ ਸ਼ਗਿਰਦ ਹੋ ਗਏ ਤੁਸੀਂ ਜੀ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਉਹਦੇ ਪਿੰਡ ਦੇ ਅੰਦਰ 48 ਦੇ ਵਿੱਚ ਇੱਕ ਬਾਜ਼ੀ ਉੱਡੀ ਅੱਛਾ ਜੀ 200 ਰੁਪਿਆ ਮੁੱਢ ਹਾਂਜੀ ਤੇ ਕਬੂਤਰ 25 26 ਉੱਡੇ ਸੀ 25 26 ਕਬੂਤਰ ਉੱਡੇ ਤੁਸੀਂ ਕਿੰਨੇ ਛੱਡੇ ਸੀ ਉਹਦੇ ਵਿੱਚ ਅਸਾਂ ਇੱਕ ਛੱਡਿਆ ਸੀ ਅੱਛਾ ਤੁਸੀਂ ਇੱਕ ਛੱਡਿਆ ਜੀ ਸਹੀ ਕਬੂਤਰ ਮੋੜਾ ਨੂੰ ਪਾ ਗਏ 20 ਚੈਤਰ ਸੀ ਅੱਛਾ ਜੀ ਤੇ ਤਿਸਰ ਦੇ ਵਿੱਚ ਦੋ ਕਬੂਤਰ ਰਹਿ ਗਏ ਯਾਨੀ ਕਿ 25 ਕਬੂਤਰ ਪਹਿਲੇ ਦਿਨ ਉੱਡੇ ਤੁਸੀਂ ਇੱਕ ਕਬੂਤਰ ਛੱਡਿਆ ਤੇ ਪਹਿਲੇ ਦਿਨ ਕਿੰਨੇ ਕਬੂਤਰ ਮੋੜੇ ਪਹਿਲੇ ਦਿਨ 10 12 ਮੋੜੇ ਨੇ ਅੱਛਾ ਪਹਿਲੇ ਦਿਨ 10 12 ਕਬੂਤਰ ਮੋੜ ਲੱਗਿਆ ਜੀ ਹਾਂ ਜੀ ਉਸ ਤੋਂ ਬਾਅਦ ਜਨਾਬ ਤਿਸਰ ਦੇ ਵਿੱਚ ਕੁਝ ਘਟ ਗਏ ਤੀਸਰੇ ਦਿਨ ਕਿੰਨੇ ਕਬੂਤਰ ਮੋੜੇ ਤਿਸਰ ਦੇ ਵਿੱਚ ਮੈਨੂੰ ਯਾਦ ਨਹੀਂ ਬੜੀ ਪੁਰਾਣੀ ਗੱਲ ਹੈ

अच्छा नीर कसाई बिल्कुल नूर ने उसको लेंदा ਸਾਡੇ ਮੁਕਾਬਲੇ ਦੇ ਵਿੱਚ اچھا ਉਹਨਾਂ ਦੀ ਰਾਇਸ਼ ਕਿਦੋਂ ਦੇਸੀ ਬਾਬੇ ਫਜ਼ਲੇ ਦੀ ਉਹ ਅਰਫ ਵਾਲੇ ਕਿਸ ਇਲਾਕੇ ਦਾ ਕਰੇ ਸੀ ਅਰਫ ਵਾਲਾ ਕਰੇ ਸੀ ਸਹੀ ਤੇ ਅੱਲਾ ਦੇ ਫਜ਼ਲੋ ਕਰਮ ਨਾਲ 8ਵੇਂ ਦਿਨ ਜਨਾਬ ਆਪਣਾ ਕਬੂਤਰ ਸਾਡੇ 3 ਵਜੇ ਫਾਈਨਲ ਹੋਗਾ ਜੀ ਅੱਛਾ 8 ਦਿਨ ਕਬੂਤਰ ਉੱਡੇ ਜੀ ਬੜੇ ਕਬੂਤਰ ਉੱਡ ਗਏ ਜੀ ਉਹਨਾਂ ਦਿਨਾਂ 'ਚ ਵੀ 8 ਦਿਨ ਲਗਾਤਾਰ ਕਬੂਤਰ ਉੱਡੇ ਅੱਛਾ ਜੀ ਤੁਸੀਂ ਕੋਈ ਗੱਲ ਮੈਨੂੰ ਸੁਣਾਈ ਸੀ ਪਹਿਲਾਂ ਜੀ ਇਹੋ ਬੜੇ ਤੇਲ ਵਾਲੀ ਜਿਹੜੇ ਦੱਸੇ ਸੀ ਉਹ ਵੀ ਇਸ ਬਾਜੀ ਦੀ ਗੱਲ ਹੈ ਓਏ ਉਸੇ ਬਾਜੀ ਦੇ ਵਿੱਚ ਹੋਊ ਵੀ ਸਾਡੇ ਦਾਸਾ ਜੀ ਉਹ ਬਾਬਾ ਮੰਜੀ ਦੇ ਤੇ ਪਿਆ ਹੋਇਆ ਅੱਛਾ ਜੀ ਤੇ ਮੈਂ ਵੀ ਕੋਲ ਬੈਠਾ ਮੈਂ ਫਿਰ ਬਾਲ ਸੀ ਹਾਂ ਤੋਂ ਸਾਡੇ ਗਾਉਂ ਦਾ ਇੱਕ ਬੰਦਾ ਤੇਲ ਮਿੱਟੀ ਦਾ ਲਵਣ ਵਾਸਤੇ ਗਿਆ ਉੱਥੇ ਪਿੰਡ ਅੱਛਾ ਜੀ 48 ਦੇ ਵਿੱਚ ਹੂੰ ਉਸੇ ਤੇਲ ਉਥੋਂ 48ੋਂ ਮਿਲਦਾ ਸੀ ਅੱਛਾ ਜੀ ਤੇ ਦੀਵੇ ਬਲਦੇ ਆਣ ਬੱਤੀ ਤਾਂ ਹਾਇ ਨਹੀਂ ਬੱਤੀ ਦਾ ਆ ਨਹੀਂ ਸੀ ਉਹ ਮੈਂ ਬਾਹਰ ਨਿਕਲ ਮਸਜਿਦ ਦੇ ਕੋਲ ਦੁਕਾਨ ਹੈ ਬਾਬਾ ਉਸ ਤੇਲ ਲਵੇ ਪਿਆ ਅੱਛਾ ਜੀ ਮੈਂ ਉਸ ਬਾਬੇ ਦੀ ਬਾਤ ਪਕੜ ਲਿਆ ਮੈਂ ਕਿਹਾ ਵੀ ਇਹਦੇ ਬਾਬਾ ਬੈਠਾ ਸਾਨੂੰ ਕਾਵਲ ਕਰਦਾ ਮੈਂ ਤੁਸੀਂ ਕਬੂਤਰਾਂ ਮਗਰ ਕਿਤੇ ਲੱਗ ਗਏ ਨੇ ਤੇ ਮੈਂ ਉਹਨੂੰ ਵਿਖਾਉ ਤਾ ਵੀ ਆ ਬਾਬਾ 100 ਤੇ 10 ਸਾਲ ਦਾ ਜਿਹੜਾ ਮੇਰੇ ਮੁਕਾਬਲੇ ਬੈਠਾ ਅੱਛਾ ਜੀ ਬਾਦੀ ਉਡਾਉਂਦਾ 110 ਸਾਲ ਉਮਰ ਸੀ ਉਹਦੋਂ ਦੀ 110 ਸਾਲ ਉਮਰ ਸੀ ਮਾਸ਼ਾ ਅੱਲਾਹ ਉਹ ਮੈਂ ਬਾਬੇ ਸਰਵਣ ਖਾਂ ਬਲੋਚ ਫੌਤ ਹੋ ਗਿਆ ਅੱਲਾ ਉਸਨੂੰ ਜੰਨਤ ਦੇਵੇ ਆਮੀਨ ਉਹ ਤੇਲ ਲਵਣ ਗਿਆ ਦੋ ਵੀ ਬਾਬਾ ਸੀ ਮੈਉ ਦੀ ਬਾਦ ਪਕੜ ਲਾ ਮਜ਼ਾਕਨ ਹਾਂਜੀ ਉਹ ਮੈਂ ਲੈ ਕੇ ਬਾਬੇ ਫਜਲੇ ਕੋ ਵਗ ਗਿਆ ਅੱਛਾ ਜੀ ਉਸੇ ਬਾਬੇ ਫਜਲੇ ਮੈਂ ਤਾਂ ਪੁੱਛਿਆ ਵੀ ਇਹ ਕੌਣ ਹੈ ਮੈਂ ਕਿਹਾ ਜੀ ਮੇਰਾ ਉਸਤਾਦ ਹੈ ਜੀ ਉਸ ਆਖਿਆ ਵੀ ਇਦਰਾ ਉਸਤਾਦ ਹੈ ਮਖਾਂ ਜੀ ਤੋ ਉਸ ਆਖਿਆ ਗੱਲਣ ਚ ਕੀ ਹੈ ਹਾਂ ਮੈਂ ਉਹ ਬਾਬਾ ਬੋਲਿਆ ਕੋ ਬਾਬਾ ਸਰਵਣ ਉਸ ਆਖਿਆ ਮੋੜ ਲੈ ਆ ਚਾਰ ਵਾਸਤੇ ਗੱਲਣ ਦੇ ਵਿੱਚ ਅੱਛਾ ਜੀ ਉਹ ਅਸਲੇ ਸ਼ੁਗਰ ਬਣਾਈ ਰੱਖਿਆ ਹੂੰ ਉਹਦਾ ਕਾ ਮੋੜ ਪੁੱਤਰ ਲੈ ਲੈ ਤੇ ਮਹੀਨੇ ਦਾ ਮੋੜ ਈ ਅੱਛਾ ਜੀ ਜਿਸੜੇ ਮੁੱਕ ਜਾਵੇ ਉਸ ਅੰਦਰ ਕੋ ਹੋਰ ਲੈ ਲਵੇਂ ਉਹ ਤਾਂ ਫਿਰ ਆ ਕੇ ਭਰ ਕੇ ਲੈ ਜਾ ਉਹ ਮੈਂ ਆਖਿਆ ਬਾਬਾ ਉਸ ਦੁਕਾਨ 'ਚ ਰੱਖਦੇ ਬਾਹਰ ਅੱਛਾ ਜੀ ਉਹ ਬਾਬੇ ਦੁਕਾਨ 'ਚ ਰੱਖਦੇ ਤੇ ਬਾਬਾ ਫਜ਼ਲਾ ਅੱਲਾ ਉਹਦੇ ਹਾਲ ਤੇ ਰਹਿਮ ਕਰੇ ਫੌਤ ਹੋ ਗਿਆ ਵਿਚਾਰਾ ਹੂੰ ਉਸ ਆਖਿਆ ਤੇਰਾ ਉਸਤਾਦ ਹੈ ਮੈਂ ਆਖਿਆ ਜੀ ਮੇਰਾ ਉਸਤਾਦ ਹੈ ਹੂੰ ਤੇ ਉਸ ਗੈਲਣੇ ਚ ਮਹਾ ਗੈਲਣੇ ਚ ਮੋੜ ਲਿਆ ਹੈ ਪੂਰੇ ਮਹੀਨੇ ਦਾ ਸਹੀ ਤੇ ਉਸ ਤੋਂ ਦੂਸਰੇ ਦਿਨ ਬਾਬਾ ਫਜਲਾ ਘਟ ਗਿਆ ਉਹ ਮੈਂ ਜਾਵਾ ਬਾਬੇ ਕੋਲ ਪੁੱਛਾਂ ਵੀ ਸੁਣਾ ਸਕਾ ਸਵੇਰ ਤੋਲ ਕੇ ਛੜਨਾ ਹਾਂਜੀ ਤੇ ਸ਼ਾਮ ਜਿਹੜਾ ਮੇਰੇ ਕਬੂਤਰ ਦਾ ਉਤਨਾ ਹੀ ਵਜ਼ਨ ਹੁੰਦਾ ਹੈ ਯਾਨੀ ਕਿ ਜਦੋਂ ਸਵੇਰ ਉਡਾਣ ਲੱਗੇ ਤੋਲਣਾ ਉਹਨੂੰ ਤੇ ਜਿੰਨਾ ਉਹਦਾ ਵਜ਼ਨ ਹੁੰਦਾ ਜਦੋਂ ਵਹਿੰਦਾ ਉੜ ਕੇ ਆਂਦਾ ਉਦੋਂ ਵੀ ਉਹਨਾ ਹੀ ਵਜ਼ਨ ਉਹਨਾ ਹੀ ਵਜ਼ਨ ਅੱਛਾ ਤੋਂ ਮੈਂ ਸ਼ੁਗਲਨ ਬਾਬੇ ਨੂੰ ਆਖਾਂ ਮੈਂ ਬਾਬਾ ਸਵੇਰ ਛੜਨੇ ਆ ਤੇ ਸ਼ਾਮ ਨੂੰ ਮਰੂੰਡਾ ਹੋ ਜਾਂਦਾ ਸਾਡਾ ਤਾਂ ਸਹੀ ਜਦੋਂ ਰਾਤ ਪਉਂਦੀ ਤੈਨੂੰ ਲਿਤਾੜਨੇ ਆ ਤੇ ਅੱਛੀ ਤਰ੍ਹਾਂ ਦੀ ਖਿਦਮਤ ਕਰਨੇ ਆ ਸਵੇਰੇ ਆਂਦਾ ਬਾਬੇ ਫਜਰ ਤੋਂ ਵਧਣਾ ਬਾਬੇ ਫਜਰ ਵਧਣਾ ਸਹੀ 8 ਦਿਨ ਉਹ ਤੁਹਾਡਾ ਫਿਰ ਉਹ ਉੱਡਿਆ ਜੀ ਮੋੜ ਜੀ ਬੜੀ ਗੱਲ ਹੈ ਅੱਛਾ ਜੀ ਉਸ ਤੋਂ ਬਾਅਦ ਫਿਰ ਜਿਹੜਾ ਤੁਸੀਂ ਯਾਦਗਾਰ ਵਾਕਿਆ ਉਸ ਤੋਂ ਬਾਅਦ ਫਿਰ ਬੜੀਆਂ ਬਾਦੀਆਂ ਉਡਾਈਆਂ ਨੇ ਆ ਗੱਟੇ ਵੀ ਬੜੇ ਆ ਹਾਂ ਜੀ ਮੁਵਦੇ ਬੜੇ ਐ ਫਿਰ ਇਹਦੇ ਆਪਣਾ ਸਾਰੀ ਗੱਲ ਨੂੰ ਵਾਜ਼ਿਆ ਕਰਨ ਦੀ ਲੋੜ ਕਹਿੰਦੇ ਤੁਹਾਨੂੰ ਸਾਰਾ ਇਲਮ ਹੈ ਇਸ ਗੱਲ ਦਾ ਬਿਲਕੁਲ ਜੀ ਹਰ ਜਗ੍ਹਾ ਤੇ ਕਿ ਪੰਜ ਪੁਆਇੰਟ ਉੱਡਣ ਤੇ ਪੰਜਾਂ ਵਿੱਚੋਂ ਦੋ ਅਸੀਂ ਰੇਡ ਅੱਪੜ ਕੇ ਜਿੱਤ ਲੈਨੇ ਹਾਂ ਹਾਂ ਜੀ ਮਾਸ਼ਾਅੱਲਾ ਇਹ ਨਹੀਂ ਗੱਲ ਹੀ ਆ ਦੋ ਤਿੰਨ ਪੁਆਇੰਟ ਦਾੜੇ ਇਸੇ ਚ ਆ ਜਾਂਦੇ ਨੇ ਹਾਂ ਮਾਸ਼ਾਅੱਲਾ ਤੇ ਫਿਰ ਸਾਰੀਆਂ ਜਤਿੰਦੀਆਂ ਨਹੀਂ ਬਿਲਕੁਲ ਇਸ ਤਰ੍ਹਾਂ ਹੀ ਆ ਜੀ ਅੱਜ ਕੱਲ੍ਹ ਉਹ ਆ ਬਾਈ ਖਾਨ ਸਾਹਿਬ ਬੈਠਲੇ ਦੇ ਹੂੰ ਹੂੰ ਉਹਨਾਂ ਦੇ ਕੋਈ ਕਦੇ ਇੰਟਰਵਿਊ ਲਈਏ ਨਾ ਫਿਰ ਉਹ ਆਦਾ ਮੈਂ ਦਾਂ ਛੱਡਾਂ ਦਾਂ ਚ ਹੋਇਆ ਕਿ ਬਾਵੇਂ ਹੱਥੇ ਚੜ ਜਾ ਇਸ ਤਰ੍ਹਾਂ ਜਿਤਨਾ ਇਸ ਦੌਰ ਦੇ ਵਿੱਚ ਕਿਹੜਾ ਸੌਖਾ ਹੈ ਹਰ ਬੰਦਾ ਹੀ ਮਿਆ ਪਲੇਅਰ ਹੈ ਅੱਛਾ ਬਿਲਕੁਲ ਸਹੀ ਹੈ ਤੇ ਤੁਸੀਂ ਕੀ ਕਹਿੰਦੇ ਹੋਗੇ ਜਿਹੜੀ ਪਿਛਲੀ ਕਬੂਤਰਬਾਜ਼ੀ ਹੈਗੀ ਸੀ ਉਹ ਆਸਾਨ ਸੀ ਅੱਜ ਦੇ ਦੌਰ ਨਾਲੋਂ ਜਾਂ ਅੱਜ ਦੀ ਕਬੂਤਰਬਾਜ਼ੀ ਉਹ ਆਸਾਨ ਹੈ ਪਿਛਲੇ ਦੌਰ ਨਾਲੋਂ ਤੇਜ਼ ਹੋ ਗਈ ਹੈ ਜਿਹੜੀ ਪਿਛਲੀ ਕਬੂਤਰਬਾਜ਼ੀ ਹੈ ਨਾ ਹਾਂਜੀ ਉਦੋਂ ਕੰਮ ਸੌਖਾ ਅੱਛਾ ਜੀ ਵੈਲ ਚੰਗੇੜਾ ਹਮ ਵਕਤ ਜ਼ਿਆਦਾ ਵਕਤ ਜ਼ਿਆਦਾ ਆਓ ਅੱਛਾ ਜੀ ਉਹ ਨਾ ਆਏ ਇੰਗਲਿਸ਼ ਗੋਲੀਆਂ ਸਨ ਉਸ ਦੌਰ ਵਿੱਚ ਹਾਂ ਬਿਲਕੁਲ ਰਾਤ ਨੂੰ ਪਾਣੀ ਲਾਉਣੇ ਹਾਂਜੀ ਸਵੇਰ ਕਬੂਤਰ ਛੱਡਦੇ ਨੇ ਸਹੀ ਜਿਹਨੂੰ ਸੂਤਰ ਆ ਗਿਆ ਉਹ ਦੇ ਦਿੰਦੇ ਉਹਦਾ ਦਿਨ ਤੇ ਜਿਹਨੂੰ ਗਲਤ ਪੈ ਜਾਂਦਾ ਪਾਣੀ ਉਹ 11 ਵਜੇ ਬਹਿ ਜਾਂਦਾ ਹੂੰ ਸਹੀ ਤੇ ਹੋਰ ਤਾਂ ਜਦੀਦ ਦੌਰ ਆ ਗਿਆ ਹੈ ਬਿਲਕੁਲ ਇਸ ਤਰ੍ਹਾਂ ਹੈ ਜੀ ਬਹੁਤ ਹੋਰ ਜਿੰਦੇ ਕੋਲ ਜਾਏ ਹਾਂਜੀ ਉਹ ਇੰਗਲਿਸ਼ ਗੋਲੀ ਲੈ ਕੇ ਮਾਰਦੇ ਨੇ ਕਬੂਤਰ ਨੂੰ ਆਉਣ ਜਾਂ ਮੌਲੀ ਸ਼ਰੀਫ ਨੂੰ ਮਾਰਦੇ ਜਾਂ ਮਰ ਜਾਂਦੇ ਨੇ ਲੇ ਗਲੇਸਰਾ ਹੀ ਆ ਜੀ ਹੁਣ ਜੀ ਉਹ ਦੌਰ ਤਾਂ ਰਿਆ ਨਹੀਂ ਹੂੰ ਹੂੰ ਉਹ ਇਧਰ ਆਪਣਾ ਪੁਰਾਣੇ ਤਸਵਰ ਦੇ ਕੋ ਉਸਤਾਦ ਸੀ ਅੱਛਾ ਜੀ ਦੂਹਲੇ ਜੰਦਰਾ ਕਿਆ ਲੈ ਹੂੰ ਹੂੰ ਬਾਬਾ ਟਾਲ ਜੀ ਬਾਬਾ ਟਾਲ ਅੱਲਾ ਮਰ ਜਨਨ ਸੇਵ ਕਰੇ ਜੋ ਉਹਨਾਂ ਨੂੰ ਬਿਲਕੁਲ ਉਹ ਮੇਰੇ ਕੋਲ ਬੈਠਾ ਦੇ ਐਵੇਂ ਸ਼ੁਗਲਣ ਗੱਲਾਂ ਹੋਣ ਆਪਿਆ ਤਰਾਣਾ ਤਸਵਰ ਵੀ ਕੋਲ ਬੈਠਾ ਹੂੰ ਤੋ ਰਾਣੇ ਤਸਵਰ ਨੇ ਆਖਿਆ ਮੈਂ ਤੈਨੂੰ ਉਸਤਾਦ ਦੀਆਂ ਗੱਲਾਂ ਸੁਣਾਣਾ ਮਾ ਸੁਣਾ ਬਈ ਅੱਛਾ ਕੋਈ ਕੁਰਸੀ ਤੇ ਮੈਂ ਬੈਠਾ ਨਵੇਂ ਚੱਕ ਬੋਇਲਾ ਦੇ ਡੇਰੇ ਦੇ ਵਿੱਚ ਇਹਦੇ ਨਾਲ ਹੀ ਮੇਰੇ ਬਾਬਾ ਬੈਠਾ ਟੱਲ ਅੱਛਾ ਤੇ ਨਾਲ ਰਾਣਾ ਤਸਵਰ ਬੈਠਾ ਬਿਲਕੁਲ ਅਮਜਦ ਬੋਦਲਾ ਵੀ ਕੋਲ ਸੀ ਉਹ ਛੜਿਆ ਚਾ ਸ਼ਗਿਰਦ ਨੇ ਉਸਤਾਦ ਨੂੰ ਅੱਛਾ ਵੇ ਉਸਤਾਦ ਹੁਣ ਆਪਾਂ ਨੰਬਰ ਕਿਉਂ ਨਹੀਂ ਮਾਰ ਦਿੰਦੇ ਕਿਹ ਵਜ੍ਹਾ ਹੈ ਹਾਂ ਹਾਂ ਉਹ ਜਗਾ ਪੁੱਤ ਹੁਣ ਇੰਗਲਿਸ਼ ਦੌਰ ਆ ਗਿਆ ਹੈ ਇੰਗਲਿਸ਼ ਦੌਰ ਆ ਗਿਆ ਹੈ ਉਹ ਮੁੰਡੇ ਲੱਗੇ ਜਾਂਦੇ ਨੇ 5 ਰੁਪਏ ਦੀ ਗੋਲੀ ਲੈ ਜਾਂਦੇ ਨੇ ਉਹਨਾਂ ਨੂੰ ਮਾਰਦੇ ਟੱਲ ਨੂੰ ਯਾਬ ਮਾਰਦੇ ਬਿਲਕੁਲ ਇਸ ਤਰ੍ਹਾਂ ਹੁਣ ਨਾ ਸਗਾ ਚੰਗੇ ਉਸਤਾਦ ਦਾ ਪਤਾ ਲੱਗਦਾ ਹੈ ਬਿਲਕੁਲ ਤੇ ਨਾ ਹੀ ਚੰਗੇ ਜਾਨਵਰ ਦਾ ਪਤਾ ਲੱਗਦਾ ਹੈ ਹੂੰ ਬਿਲਕੁਲ ਇਸ ਤਰ੍ਹਾਂ ਗੋਲੀ ਮਾਰੀ ਤੇ ਮਾਰ ਕੇ ਜਨਾਬ ਉਡਾ ਦਿੱਤਾ 12 12 12 1 ਪਹਿਲੇ 12 1 2 ਵਜੇ ਤੱਕ ਡੰਡਣ ਵਾਲਾ ਕਬੂਤਰ ਜਦੋਂ ਉਹਨੂੰ ਆਂਦੀ ਹੈ ਜੀ ਮੋਟੀ ਆਵਾਜ਼ ਉਹ ਖੜਾ ਹੋ ਜਾਂਦਾ ਸਮਾਨ 'ਚ ਉਹ 5 ਵਜੇ ਆਵੇ 6 ਵਜੇ ਆਵੇ ਫਿਰ ਉਹਨਾਂ ਨੂੰ ਸੁਭਾਲਿਆ ਜਾਂਦਾ ਨਹੀਂ ਬਸ ਮੈਡੀਸਿਨ ਦੇਣ ਦਾ ਪਤਾ ਹੈ ਤੇ ਲੇਕਿਨ ਉਹਦਾ ਜਿਹੜਾ ਤੋੜ ਆਪਾਂ ਕਹਿੰਨੇ ਜੀ ਉਹਦਾ ਨਹੀਂ ਪਤਾ ਤੇ ਜਦੋਂ ਦੀ ਮੈਡੀਸਿਨ ਆਈ ਹੈ ਬਿਲਕੁਲ ਉਸਤਾਦ ਸਾਹਿਬ ਦੀ ਗੱਲ ਠੀਕ ਹੈ ਕਿ ਜਦੋਂ ਦੀ ਇਹ ਮੈਡੀਸਿਨ ਆਈ ਹੈ ਜਿੰਨੀ ਐਡਵਾਂਸਮੈਂਟ ਆਈ ਹੈ ਕਬੂਤਰਾਂ ਦੇ ਵਿੱਚ ਕਬੂਤਰਬਾਦੀ ਬਹੁਤ ਜ਼ਿਆਦਾ ਤੇਜ਼ ਹੋ ਗਈ ਹੈ ਤੇ ਪਤਾ ਹੀ ਨਹੀਂ ਚੱਲਦਾ ਕਬੂਤਰ ਦਾ ਤੇ ਕਬੂਤਰ ਚੰਗਾ ਕਿਹੜਾ ਕਿ ਮਾੜਾ ਕਿਹੜਾ ਇਹਦੇ ਵਿੱਚ ਇੱਕ ਮੈਂ ਥੋੜੀ ਗੱਲ ਐਡ ਕਰਨਾ ਚਾਹਾਂਗਾ ਕਿ بڑے ਦੋਸ ਜਿਹੜਾ ਨਾ ਜੀ ਕਬੂਤਰ ਲੈਂਦੇ ਨੇ ਹਰ ਦੋਸਤ ਦੀ ਹਰ ਅੱਛੇ ਪਲੇਅਰ ਦੀ ਇਹ ਖੁਆਇਸ਼ ਹੁੰਦੀ ਹੈ ਕਿ ਮੈਂ ਅੱਛੇ ਤੋਂ ਅੱਛਾ ਕਬੂਤਰ ਜਿਹੜਾ ਨਾ ਜੀ ਮੇਰੇ ਖੁਰਡੇ ਚ ਹੋਵੇ ਤੇ ਉਹ ਫਿਰ ਕੀ ਕਰਦੇ ਨੇ ਜੀ ਬਾਜ਼ੀ ਵਾਲੇ ਜਿਹੜਾ ਕਬੂਤਰ ਜਿੱਤਿਆ ਹੁੰਦਾ ਨਾ ਜੀ ਉਹ ਲੈ ਕੇ ਪਰਚੇਸ ਕਰ ਲੈਂਦੇ ਨੇ ਖਰੀਦ ਲੈਂਦੇ ਨੇ ਆਲੇ ਸ਼ੌਕ ਨੂੰ ਜ਼ਿਆਦਾ ਅੱਗੇ ਵਧਾਉਣ ਵਾਸਤੇ ਤੇ ਜਦੋਂ ਉਹ ਕਬੂਤਰ ਆਂਦਾ ਉਹਨਾਂ ਦੇ ਘਰ ਆ ਕੇ ਬਰੀਡ ਕਰਦਾ ਤੇ ਬੱਚੇ ਜਿਹੜੇ ਨਾ ਜੀ ਉਹ ਉਸ ਤਰ੍ਹਾਂ ਦੀ ਪਰਫਾਰਮੈਂਸ ਨਹੀਂ ਦਿੰਦੇ ਉਹਦੀ ਵਜ੍ਹਾ ਕੀ ਹੁੰਦੀ ਹੈ ਜੀ ਕਿ ਕਬੂਤਰ ਦਾ ਨਹੀਂ ਪਤਾ ਉਹਨਾਂ ਨੇ ਬਾਜ਼ੀ ਚੁੱਡਿਆ ਜੀ ਹਾਂ ਜੀ ਜਿੱਤ ਗਿਆ ਜੀ ਤੇ ਲੈ ਆਓ ਜੀ ਤੇ ਪਾ ਲੋ ਜੀ ਇਹਨਾਂ ਨੂੰ ਬੱਚਾ ਤੇ ਬੱਚੇ ਘੜਾ ਲੋ ਜੀ ਤੇ ਉਡਾਓ ਇਹਨਾਂ ਨੂੰ ਬੱਚੇ ਫਿਰ ਉਸ ਨਾਲ ਉੜਦੇ ਨਹੀਂ ਤੇ ਫਿਰ ਉਹ ਮਯੂਸ ਹੋ ਜਾਂਦੇ ਨੇ ਦੋਸਤ ਤੇ ਜਦੋਂ ਵੀ ਕਬੂਤਰ ਲੈਣਾ ਚਾਹੀਦਾ ਕਬੂਤਰ ਨੂੰ ਆਮ ਫਿਰਤਾ ਚੁੱਡਦੇ ਉਹਨੂੰ ਦੇਖੋ ਕਿ ਆਮ ਫਿਰਤਾ ਚ ਕਬੂਤਰ ਕੀ ਪ੍ਰਵਾਸ ਕਰ ਰਿਹਾ ਹੈ ਕਿਉਂਕਿ ਜੀ ਇੱਕ ਜਦੋਂ ਮੈਡੀਸਨ ਲੱਗਦੀ ਹੈ ਨਾ ਜੀ ਕਬੂਤਰ ਨੂੰ ਉਹ ਚਾਹੇ 12 ਵਜੇ ਤੱਕ ਉੜਦਾ ਜਾਂ 1 2 ਵਜੇ ਤੱਕ ਉੜਦਾ ਫਿਰ ਉਹ ਸ਼ਾਮ ਤੱਕ ਉਹਨੇ ਜਾਣਾ ਹੁੰਦਾ ਹੈ ਕਿਉਂਕਿ ਉਹ ਬੰਬ ਵੀ ਕਹਿ ਲੋ ਜੀ ਦੂਸਰੀ ਗੱਲ ਸੇ ਕਬੂਤਰ ਬਦਾਮ ਖਾਦੇ ਹੁੰਦੇ ਨੇ ਉਹਦੇ ਚ એનર્ਜੀ ਉਹਦੇ ਕੋਲ ਸਟੋਰ ਹੁੰਦੀ ਹੈ ਤੇ ਜਦੋਂ ਉਹਨੂੰ ਮੈਡੀਸਨ ਆਂਦੀ ਹੈ ਉਦੋਂ ਫਿਰ ਕਹ ਲੋ ਕਿ ਉਹ ਮੈਡੀਸਨ ਜਿਹੜਾ ਕਬੂਤਰ ਨੂੰ ਪਾਗਲ ਕਰ ਦਿੰਦੀ ਹੈ ਤੇ ਉਹਦੋਂ ਉਹਦਾ ਹੀ ਬੈਠਣਾ ਜਦੋਂ ਉਹਦੇ ਨੋਵਾਂ ਦਾ ਵੀ ਖੂਨ ਜਿਹੜਾ ਨੇ ਖਤਮ ਹੋ ਜਾਂਦਾ ਤੇ ਫਿਰ ਅਗਰ ਕਿਸਮਤ ਨਾਲ ਜਿੱਤ ਜਾਂਦਾ ਤੇ ਫਿਰ ਲੋਕ ਉਹਦੇ ਮਗਰ ਹੋ ਜਾਂਦੇ ਨੇ ਉਹਨੂੰ ਖਰੀਦਣ ਵਾਸਤੇ ਤੇ ਮੇਰੀ ਇਹ ਜਿੰਨੇ ਵੀ ਮੇਰੇ ਦੋਸਤ ਨੇ ਜਿਹੜੇ ਨਿਓ ਨਵੇਂ ਸ਼ਿਕਾਰੀ ਨੇ ਨਵੇਂ ਪਲੇਅਰ ਨੇ ਇਸ ਸ਼ੌਕ ਚ ਆਏ ਹੋਏ ਨੇ ਉਹਨਾਂ ਨਾਲ ਮੇਰੀ ਇਹ ਹੀ ਬੁਜ਼ਾਰਿਸ਼ ਹੈ ਕਿ ਜਦੋਂ ਤੁਸੀਂ ਕਬੂਤਰ ਕੋਈ ਲੈਣਾ ਹੈ ਤੇ ਉਹਨੂੰ ਉਹਦਾ ਬੈਕਗ੍ਰਾਉਂਡ ਦੇਖੋ ਉਹਦੀਆਂ ਪਿਛਲੀਆਂ ਪਰਵਾਜ਼ਾਂ ਦੇਖੋ ਅਗਰ ਵਾਕੇ ਹੀ ਉਹ ਬਾਜ਼ੀ ਤਾਂ ਪਹਿਲੇ ਵੀ ਪਰਵਾਜ਼ ਉਹਦੀ 4-5 ਵਜੇ ਤੱਕ ਹੈ ਅੱਛੀ ਗਰਮੀ ਚ ਉਹਦੀ ਪਰਫਾਰਮੈਂਸ ਅੱਛੀ ਹੈ ਤੇ ਫਿਰ ਉਹ ਬਾਜ਼ੀ ਵੀ ਜਦਦਰ ਫਿਰ ਉਹ ਕਬੂਤਰ ਲੈ ਕੇ ਤੁਸੀਂ ਜਿਹੜਾ ਨਾ ਜੀ ਉਹਨੂੰ ਆ ਆਪਣੇ ਬਰੀਡਿੰਗ ਚ ਪਾਓ ਜਾਂ ਆਪਣੇ ਲੋਫਟ ਚ ਲੈ ਕੇ ਆਓ ਹਾਂਜੀ ਉਸਤਾਦ ਜੀ ਤੁਸੀਂ ਗੱਲ ਕਰਦੇ ਪੈਸੇ ਜੀ ਜਾਨਵਰ ਜਿਹੜਾ ਨਾ ਉਸਤਾਦ ਹੈ ਹਾਂਜੀ ਜੋ ਵੀ ਸ਼ੌਕ ਹੈ ਜਿਸ ਕਿਸਮ ਦਾ ਵੀ ਹੈ ਬਿਲਕੁਲ ਉਹਦੇ ਵਿੱਚ ਨਸਲੀ ਜਾਨਵਰ ਹੋਣਾ ਜ਼ਰੂਰੀ ਹੈ ਨਸਲ ਦਾਣਾ ਜ਼ਰੂਰੀ ਨਸਲ ਬਿਲਕੁਲ ਉਹ ਸਾਡੇ ਕਰੀਬ ਇੱਕ 50 ਏ ਹੈ ਹਾਂਜੀ ਇੱਥੇ ਜੀ ਦੜਾ ਉੱਡਿਆ ਉਸ ਵਕਤ ਦੜੇ ਉੱਡਦੇ ਸਨ ਇੰਟਰੀਆਂ ਤਾਂ ਹਾਂ ਨਹੀਂ ਹਾਂਜੀ ਇੰਟਰੀਆਂ ਤੇ ਪਿਛਲੇ ਦਿਨਾਂ ਚ ਕੀ ਲੋ ਪਿਛਲੇ ਚੰਸਾਂ ਲੱਦਣ ਲੱਗਿਆ ਨੇ ਜੀ ਤੇ ਮੇਰਾ ਜਿਹੜਾ ਵਾਲਦ ਸੀ ਉਹ ਇਸ ਚੀਜ਼ ਦਾ ਬੜਾ ਖਿਲਾਫ ਆ ਅੱਛਾ ਉਸ ਸਵੇਰ ਇਹ ਤੁਹਾਡਾ ਵਾਲਾ ਸਾਬ ਕਬੂਤਰਾਂ ਦੇ ਬਾਰੇ ਸੋ ਬੜਾ ਖਲਾਫ ਸੀ ਸਾਡੇ ਲੇਕਿਨ ਤੁਸੀਂ ਦੱਸ ਰਹੇ ਸੀ ਕਿ ਉਹਨਾਂ ਨੂੰ ਪਛਾਣ ਬੜੀ ਸੀ ਕਬੂਤਰਾਂ ਦੀ ਉਹ شناخت ਬੜੀ ਕਰ ਲੈਂਦੇ ਸਨ ਹਾਂਜੀ ਉਹ ਜਨਾਬ ਮੈਂ ਸਵੇਰੇ ਪੁਆਇੰਟ ਉਡਾਉਣਾ ਸੀ ਤੇ ਉਸ ਡੜੇ ਦੇ ਵਿੱਚ ਜਾਣਾ ਸੀ ਅੱਛਾ ਜੀ 200 ਮੋੜ ਹਾਂਜੀ ਤੂੰ ਅੱਬੇ ਮੇਰੇ ਆਖਿਆ ਮੈਂ ਤੈਨੂੰ 1 ਰੁਪਿਆ ਨਹੀਂ ਦੇਣਾ ਭਾਈ ਅੱਛਾ ਜੀ ਉਹ ਮੈਂ ਫਿਰ ਨਿਕਲ ਪਿਆ ਤੇ 100 ਬੜੀ ਮੁਸ਼ਕਲ ਨਾਲ ਬਣਾਇਆ अच्छा जी 100 ਬੜਾ ਮੁਸ਼ਕਿਲ ਇਕੱਠਾ ਕੀਤਾ ਹਾਂਜੀ ਯੂਸੂਫਾ ਦਾ ਦੌਰ ਇਸ ਕਿਸਮ ਦਾ ਸੀ ਬਿਲਕੁਲ ਜੀ ਦੋਦੀ 100 ਉਹਦੋਂ ਦਾ 100 ਅੱਜ ਦੇ 10000 ਦੇ ਬਰਾਬਰ ਹੈ ਜੀ ਆਹੋ ਉਹ ਇੱਥੋਂ ਜਾ ਕੇ ਮੈਂ ਉੱਥੇ ਕਬੂਤਰ ਛੱਡਿਆ ਕਬੂਤਰ ਦਾ ਨਾਮ ਰੱਖਿਆ ਸੀ ਘੋੜਾ ਘੋੜਾ ਇਹ 48 डी ਛੱਡਿਆ ਸੀ 50 50 ਡੀ ਕਿੰਨੇ ਕਬੂਤਰ ਓਡੇ ਸੋਦੇ ਜੀ ਕਬੂਤਰ ਓਡੇ ਸੀ 21 ਕੇ 22 اچھا 21 22 ਕਬੂਤਰ ਓਡੇ ਉਹਦਾ ਨਾਮ ਘੋੜਾ ਕਿਉਂ ਰੱਖਿਆ ਸੀ ਤੁਸੀਂ ਕਬੂਤਰ ਦੀ ਪਰਵਾਜ਼ਾ ਬਹੁਤ ਸਨ ਅਸਲ ਅੱਛਾ ਪਰਵਾਜ਼ਾ ਬਹੁਤ ਜ਼ਿਆਦਾ ਹੈ ਲੰਬੀਆ ਨਸਲੀ ਕਬੂਤਰ ਦੀ ਗੱਲ ਕਰਦੇ ਬੈਠੇ ਹਾਂ 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 ਬਿਲਕੁਲ ਕਿ ਜਿਹੜਾ ਖਾਨਦਾਨੀ ਜਾਨਵਰ ਹੈ ਨਾ ਹਾਂਜੀ ਉਹ ਖਾਨਦਾਨੀ ਹੁੰਦਾ ਹੈ ਬਿਲਕੁਲ ਆ ਖਾਲਸ ਸਾਹਿਬ ਮੇਰੇ ਨਾਲ ਸਨ ਹਾਂਜੀ ਉਸਤਾਦ ਵੀ ਉੱਥੇ ਮੇਰਾ ਮੌਜੂਦ ਸੀ ਹਾਂਜੀ ਤੇ ਮੈਂ ਜਦੋਂ 100 ਦੇ ਕਬੂਤਰ ਨੂੰ ਮੁੱਠ ਲਈ ਨਾ ਤਾਂ ਸਾਰੇ ਬੰਦੇ ਮੇਰੇ ਕੋਲ ਆ ਗਏ ਉਹਨਾਂ ਆਖਿਆ ਚੋਰਾ ਇਹ ਕੀ ਕੀਤਾ ਹੈ ਹਾਂਜੀ ਉਸਤਾਦ ਵੀ ਕਾਬਲ ਕਰੇ ਮੈਂ ਆਖਿਆ ਜੀ ਮੈਨੂੰ ਪਤਾ ਨਹੀਂ ਕਬੂਤਰ ਮੇਰਾ ਸਹੀ ਨਹੀਂ ਐ ਮੈਂ ਟਾਲ ਮਟਾਲ ਗਿਆ ਗੱਲ ਅਸਲ ਹਕੀਕਤ ਮੈਂ ਦੱਸੀ ਨਾ ਉਸਾਥੂ ਬਣਿਆ ਹੀ ਸੋਅ ਹੈ ਅੱਛਾ ਬਾਕੀ ਕਬੂਤਰ 2 2 ਸੋਅ ਚੁੱਡੇ ਤੇ ਤੁਸੀਂ ਆਦਾ ਸੋਅ ਚੜਾ ਦਿੰਦਾ ਠੀਕ ਹੋ ਗਿਆ ਜੀ ਉਹਨਾਂ ਆਖਿਆ ਵੀ ਜਿੱਤਿਆ ਤੈਨੂੰ 100 ਦੀ ਜਿੱਤ ਲਬਣੀ ਹਾਂ ਮੈਂ ਆਖਿਆ ਬਠੀਕ ਐ ਸਾਰੀ ਗੱਲ ਜਦੋਂ 100 ਦੇ ਤਾਂ 100 ਦੀ ਜਿੱਤ ਹੀ ਲੱਗਣੀ ਆਓ ਅੱਛਾ ਇਹ ਕਬੂਤਰਾਂ ਨੂੰ ਮੁੱਠਾਂ ਲਾਜਦੀਆਂ ਉਹ ਮੋਠ ਲੱਗਦਾ ਮੇਰਾ ਕਬੂਤਰ ਪਰਾਂ ਪਿਪਲੀ ਭਾਰ ਦੇ ਜ਼ਖੀਰੇ ਵਾਲੀ ਸਾਈਡ ਤੇ ਨਿਕਲ ਗਿਆ ਅੱਛਾ ਜੀ ਪਿੰਡ ਛੋੜ ਗਿਆ ਪਿੰਡ ਛੋੜ ਗਿਆ ਸਹੀ ਉਦੋਂ ਟਾਈਮ ਲੱਗਦਾ ਸੀ 10 ਵਜੇ ਅੱਛਾ 10 ਵਜੇ ਟਾਈਮ ਲੱਗ ਜਾਂਦਾ ਸੀ ਆਓ ਸਹੀ 10 ਵਜੇ ਸਾਰਾ ਸਲੇ ਟਾਈਮ ਲਾ ਜਤਾ ਤੇ ਮੈਂ ਤੇ ਬਾਈ ਖਾਲਸ ਸਾਈਕਲ ਹੋਵੇ ਸਾਡੇ ਕੋਲ ਟੁੱਟਿਆ ਹੋਇਆ ਹਾਂਜੀ ਅਸੀਂ ਉਹ ਚੈੱਕ ਦਰੋ ਕੇ ਪਰ ਪਿਪਲੀ ਕੋਲ ਗਏ ਨਾ ਮਲਕ ਅਬਾਸ ਜਿੱਥੇ ਰਹਿੰਦਾ ਹੈ ਹਾਂਜੀ ਤੇ ਇਹ ਖਾਲਸ ਨੇ ਵੇਖਿਆ ਸਕੇ ਕਬੂਤਰ ਆ ਫੜਾਉਂਦਾ ਪਏ ਉਦੋਂ ਮੈਂ ਟਾਈਮ ਵੇਖਿਆ ਤੇ 11 ਵਜਣ ਦੇ ਵਿੱਚੋਂ 5 ਮਿੰਟ ਰਹਿ ਗਏ। ਅੱਛਾ ਯਾਨੀ ਕਿ 10 ਵਜੇ ਟਾਈਮ ਲੱਗ ਗਿਆ ਤੇ 11 ਕਬੂਤਰ ਦਾ ਟਾਈਮ ਕੱਟਿਆ ਜਾਣਾ। ਕੱਟਿਆ ਜਾਣਾ ਸੀ। 5 ਮਿੰਟ ਰਹਿ ਗਏ ਜੀ। 5 ਮਿੰਟ ਟਾਈਮ ਰਹਿ ਗਿਆ। ਜੇ ਅਸੀਂ ਇਨੀ ਜਿਹਾ ਨਜ਼ਰ ਮਾਰੀ ਮੈਂ ਤੇ ਖਾਲਦ ਜਨਾਬ ਕਬੂਤਰ ਸਿੱਧਾ ਪਜਾ ਨੂੰ। ਅੱਛਾ ਜੀ। ਅਸੀਂ ਵੀ ਸਾਈਕਲ ਪਿੱਛੇ ਬਜਾ ਲਿਆ। ਹਾਂ ਜੀ। ਉਹ ਸਾਡੇ ਆਉਣ ਤੋਂ ਪਹਿਲੇ ਪਹਿਲੇ ਜਨਾਬ ਸਾਲਸ ਨੇ ਕਬੂਤਰ ਠੀਕ ਕਰ ਦਿੱਤਾ। ਕਬੂਤਰ ਸ਼ਾਮਲ ਕਰ ਲੈਣਾ। ਸਹੀ। ਜਦੋਂ ਕਬੂਤਰ ਸ਼ਾਮਲ ਹੋ ਗਿਆ ਨਾ। ਹਾਂ ਜੀ। नस्ली जानवरानी है, ए, खुन, क्या जानवर ये निशानी है। तो पता चल गया पिंड नहीं छी जा दस मिनट पांच मिनट लाके वापस वापस आखीर पंद्रह मिनट 3:30 ਵਜੇ ਜਿੱਤਰ ਹੋ ਗਈ ਇੱਕ ਕਬੂਤਰ ਨਾਲ ਰਹਿ ਗਿਆ ਉਹਨਾਂ ਖਰੀ ਆਪਾਂ ਬਰਾਬਰ ਕਰ ਲਈਏ ਅੱਛਾ ਜੀ 3:30 ਵਜੇ ਦੋ ਕਬੂਤਰ ਜਾ ਗਏ ਬਾਕੀ ਸਾਰੇ ਬੈਠੇ ਦੋ ਰਹਿ ਗਏ ਉਹ ਵੀ ਮੇਰੇ ਉਸਤਾਦ ਛੱਡਿਆ ਸੀ ਅੱਛਾ ਜੀ ਜਿਹੜਾ ਅਗੂ ਰਹਿ ਗਿਆ ਹੂੰ ਹੂੰ ਉਸਤਾਦ ਮੈਨੂੰ ਆਖਿਆ ਬਰਾਬਰ ਕਰ ਹਾਂਜੀ ਉਹਨਾਂ ਨੂੰ ਵੀ ਸੱਜਿਆ ਆਉਸੇ ਉਹਨਾਂ ਨੂੰ ਵੀ ਹੋਰ ਅਪਰਾ ਕੀਤੀ ਵੀ ਇਹ ਟੋਰਾ ਕਰਦਾ ਵੈ ਕਬੂਤਰ ਸ਼ਾਇਦ ਕਿਸਲ ਵੀ ਆਪਣਾ ਗਲਤ ਹੋ ਸਕਦਾ हाँ जी, हाँ जी। 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 <laughs> अच्छा ਤੁਹਾਡੇ ਉਸਤਾਦ ਨੇ ਕਬੂਤਰ ਕਿਸੇ ਦਾ ਛੱਡਾਇਆ ਸੀ ਅੱਗੋਂ ਜੀ ਹਾਂਜੀ ਹਾਂਜੀ ਹੂੰ ਹੂੰ ਸਹੀ ਅਖੀਰ ਜਨਾਬ ਉਹਨਾਂ ਉਸਤਾਦ ਦੀ ਗੱਲ ਨਾ ਮੰਨੀ ਉਸਤਾਦ ਮੇਰੇ ਕੋ ਆਇਆ ਹੋ ਸਕਿਆ ਜੀ ਉਹ ਨਹੀਂ ਮੰਨਦੇ ਮੈਂ ਕੋਈ ਗੱਲ ਨਹੀਂ ਉਸਤਾਦ ਜੀ ਹਾਂਜੀ ਉਹਨਾਂ ਨੂੰ ਵੀ ਰੱਜ ਲੈਣ ਦੇ ਸਹੀ ਗੱਲ ਉਹ ਕੁੱਟ ਫਾੜ ਕੇ ਉਹਨਾਂ ਨੇ ਜਨਾਬ ਉਹਦੇ ਕੋਲੋਂ ਸਾਢੇ 5 ਕਰਵਾਏ ਅੱਛਾ ਜੀ ਥੱਲੋ ਪਾਛੂ ਲਾ ਕੇ ਕਬੂਤਰ ਹੂੰ ਹੂੰ ਸਾਢੇ 5 ਵਜੇ ਉਹ ਵੀ ਬੈ ਗਿਆ ਅੱਛਾ ਜੀ ਸਾਡਾ ਕਬੂਤਰ ਜੇ ਉੱਥੇ ਰਾਤ ਰਹਿ ਗਿਆ ਅੱਛਾ ਸਾਡਾ ਕਬੂਤਰ ਯਾਨੀ ਕਿ ਸਾਢੇ ਪੰਜ ਜਿੱਤ ਕੇ ਬੈਠਾ ਹੀ ਨਹੀਂ ਜੀ ਰਾਤ ਰਹਿ ਗਿਆ ਰਾਤ ਰਹਿ ਗਿਆ ਕੀ ਬਾਤ ਹੈ ਜਬਰਦਸਤ ਉਹ ਸੁਬਾ ਮੋੜੇ ਤੁ ਇੱਕ ਬੱਬਰ ਮੇ ਹੈ ਆਪਣੇ ਪਿੰਡ ਦਾ ਇਹਨੂੰ ਮੈਂ ਤੈਅ ਦਿੱਤੀ ਇਸ ਜਾ ਕੇ ਕਬੂਤਰ ਉੱਥੇ ਬਾ ਕੇ ਸਵੇਰੇ ਲਿਆਂਦਾ ਅੱਛਾ ਅਗਰ ਦੂਸਰੇ ਦਿਨ ਉੱਠ ਪਿਆ ਕਬੂਤਰ ਉੱਥੇ ਹਾਂ ਉੱਠ ਪਿਆ ਸੀ ਉੱਥੇ ਬੈਠਾ ਉਸੇ ਪਿੰਡੇ ਬੈਠਾ ਉਸੇ ਪਿੰਡ ਬੈਠਾ ਮਾਸ਼ਾਅੱਲ ਕੀ ਬਾਤ ਹੈ ਇਹ ਹੁਣ ਇਸ ਮੌਜੂਦਾ ਦੌਰ ਦੇ ਵਿੱਚ ਅਣ ਅਗਲੀਆਂ ਗਰਮੀਆਂ ਜਿਹੜੀਆਂ ਗਾਂਆਂ ਨੇ ਹਾਂਜੀ ਇਹ ਤੁਹਾਡੇ ਮੌਜੂਦਗੀ ਦੇ ਵਿੱਚ ਸ਼ੇਰਕੋਟ ਪੁਆਇੰਟ ਹੋਇਆ ਹੈ ਬਿਲਕੁਲ ਤੇ ਆਪਣਾ ਜਨਾਬ ਉਹ ਆਖਰੀ ਕਮੁਤਰ ਨਾਲ ਆਇਆ ਹੈ ਉੱਥੇ ਛੱਡਿਆ ਸਿੱਧਾ ਹੀ ਸਿੱਧਾ ਹੀ ਛੱਡਿਆ ਜਿਹੜਾ ਆਖਰੀ ਪੁਆਇੰਟ ਜਿੱਤੇ ਤੁਸੀਂ ਜੀ ਆਓ ਮਾਦੀ ਬਾਅਦ ਇਹ ਸਿੱਧੀ ਛੱਡੀ ਮੈਂ ਪਿੰਡ ਛੋਟਾ ਜਿਹਾ ਸੀ ਹਾਂਜੀ ਬਿਲਕੁਲ ਤੇ ਅੱਲਾ ਦੇ ਫਜ਼ਲੋ ਕਰਮ ਨਾਲ ਉਸ ਜਨਾਬ ਇਹ ਸੰਗਾ ਨੰਬਰ ਮਾਰਿਆ ਅੱਥੇ ਕਿੰਨੇ ਕਮੁਤਰ ਉੱਡੇ ਸੀ ਜੀ ਸ਼ੇਰਕੋਟ 21 ਉੱਡੇ ਸੀ 21 ਉੱਡੇ ਸੀ 10-10 ਹਜ਼ਾਰ ਸੀ 10 ਹਜ਼ਾਰ 10000 ਮੋੜੇ 21 ਕਬੂਤਰ ਦੇ ਨੇ 2000 ਤੇ ਇਹ ਤਾਂ ਮੀਆਂ ਅਮਜਲ ਸਾਹਿਬ ਮੈਨੂੰ ਵੜ ਗਏ ਬਿਲਕੁਲ ਇਸ ਤਰ੍ਹਾਂ ਕਿ ਕਬੂਤਰ ਬਰਾਬਰ ਕਰ ਲਿਆ ਡਿੱਗਦਾ ਪਾ ਕਬੂਤਰ ਸੀ ਉੱਥੇ ਤੇ ਮੈਂ ਇਹਦੀ ਗੱਲ ਨਾ ਮੋੜੀ ਮੈਂ ਕਿਹਾ ਪੈਸਿਆਂ ਕੋ ਵਰਤਣਾ ਹੈ ਬਿਲਕੁਲ ਆਖਰ ਮੀਆਂ ਸਭ ਬੰਦਿਆਂ ਨਾਲ ਗੱਲ ਹੁੰਦੀ ਬਿਲਕੁਲ ਇਸ ਤਰ੍ਹਾਂ ਉਹ ਇਹਦੀ ਸਾਹਮਣੇ ਗੱਲ ਕੀਤੀ ਅਸਾਂ ਦੇ ਉਦੋਂ ਉਹ ਤਾਈਆਂ ਵਿੱਚ ਬੈ ਗਿਆ ਬੰਨੇ ਤੇ ਪਾਣੀ ਤੇ ਬੈ ਗਿਆ ਦੂਸਰਾ ਕਬੂਤਰ ਹੈ ਦੂਸਰਾ ਕਬੂਤਰ ਹੈ ਹੂੰ ਤੋ ਮੁਸਲਮ ਪਾਰਟੀ ਆ ਕਿਆ ਬੜੀ ਗਲਤ ਕੀਤੀ ਗਲਤ ਸਾਂ ਅੱਛਾ ਜੀ ਬੜਾ ਗਲਤ ਕੰਮ ਤੋ ਸਾਂ ਕੀਤਾ ਹੈ ਹੂੰ ਹੂੰ ਬਰਾਬਰ ਨਹੀਂ ਸੀ ਕਰਨਾ ਮੈਂ ਕਿਹਾ ਪੈਸਿਆ ਨਹੀਂ ਵਰਤਣਾ ਸਭ ਬੰਦਿਆਂ ਨਾਲ ਚੱਲਦਾ ਬੰਦਿਆਂ ਨਾਲ ਚੱਲਣਾ ਬਿਲਕੁਲ ਇਸ ਤਰ੍ਹਾਂ ਹੀ ਤੋ ਅੱਜ ਵੀ ਅੱਲਾ ਦੇ ਫਜ਼ਲ ਨਾਲ ਤਾਰਿਕ ਬੱਟੀ ਬੜੀ ਇੱਜ਼ਤ ਕਰਦਾ ਹੈ ਸਾਡੀ ਕੱਚੇ ਪੱਕੇ ਦਾ ਹੈ ਬਿਲਕੁਲ ਜੀ ਬੜਾ ਅੱਛਾ ਪਲੇਅਰ ਨੇ ਜੀ ਤਾਰਿਕ ਸਾਹਿਬ ਵੀ ਬਹੁਤ ਅੱਛਾ ਪਲੇਅਰ ਹੈ ਤੇ ਬੜੀ ਇੱਜ਼ਤ ਕਰਦਾ ਹੈ ਸਾਡੀ ਅੱਗੇ ਵੀ ਇੱਜ਼ਤ ਕਰਦਾ ਸੀ ਬਿਲਕੁਲ ਹੁਣ ਵੀ ਜ਼ਿਆਦਾ ਕਰਦਾ ਹੈ ਜੀ ਹਾਂ ਏ ਜੀ 2021 'ਚ ਇਹ ਉਸਤਾਦ ਸਾਹਿਬ ਦੱਸ ਰਹੇ ਸੀ ਕਿ ਇੱਥੇ ਪੁਆਇੰਟ ਹੋਇਆ ਸ਼ੋਰਕੋਟ ਤੇ ਬਹੁਤ ਹੀ ਚੰਗੀ 46 ਆਖਰੀ ਪੁਆਇੰਟ ਜਿਹੜਾ ਨੇ ਜੀ ਇਹ ਉਸਤਾਦ ਸ਼ਰੀਫ ਸਾਹਿਬ ਦੇ ਹਿੱਸੇ 'ਚ ਆਇਆ ਤੇ ਬਰਾਬਰੀ ਕਰ ਲਈ ਕੋਈ ਦੋਸਤਾਂ ਨੇ ਜਿਹੜਾ ਦੇਖਣਾ ਪੈਂਦਾ ਜੀ ਰੱਖਣਾ ਪੈਂਦੀਆਂ ਗੱਲਾਂ ਇੱਕ ਦੂਸਰੇ ਦੀਆਂ ਤੇ ਸਾਡੇ ਗਰੁੱਪ ਮੈਂਬਰ ਹੀ ਨੇ ਜਮਜਦ ਬੋਦਰਾ ਸਾਹਿਬ ਉਹਨਾਂ ਨੇ ਬਰਾਬਰੀ ਕਰਾਈ ਤੇ ਉਸ ਬਾਅਦ ਉਹੀ ਕਬੂਤਰੀ ਫਿਰ 46 ਡੀ 'ਚ ਆਖਰੀ ਪੁਆਇੰਟ ਉੱਥੇ ਅਸੀਂ ਵੀ ਐਂਟਰੀ ਲਈ ਹੋਈ ਸੀ ਤੇ ਸਾਡੇ ਦੋ ਕਬੂਤਰੀ ਰਹਿ ਗਏ ਸੀ ਜੀ ਤੇ ਸਾਡਾ ਬਦਕਿਸਮਤੀ ਨਾਲ ਅਮਜ ਬੋਦਰਾ ਸਾਹਿਬ ਜਿਹੜੇ ਨੇ ਜੀ ਉਹ ਉਸ ਦਿਨ ਹਾਜ਼ਰ ਨਹੀਂ ਹੋਏ ਤੇ ਉਹ ਸਾਡਾ ਬੱਚਾ ਇਹਨਾਂ ਦੇ ਥਲੇ ਜੀ ਹਾਰ ਗਿਆ ਸਿੱਕ ਤੇ ਉੱਥੇ ਵੀ ਜਿਹੜਾ ਉਹ ਹੀ ਕਬੂਦ ਜਿਹੜੀ ਸ਼ੇਰ ਕੋਲ ਜਿੱਤੀ ਸੀ ਉਹ ਕਬੂਦਰੀ ਜਿਹੜਾ 40 ਡੀ ਚ 40 ਡੀ ਚ ਵੇਨ ਗਈ ਤੇ ਜਿਹੜੀ 27 ਤੁਹਾਡੀ ਜੀ ਇੱਕ 27 ਟੂਲ ਕਾੜਾ ਤੁਸੀਂ ਇੱਕ ਮਾਦੀ ਛੱਡੀ ਸੀ ਉਹ ਵੀ ਇਹ ਹੀ ਸੀ ਜਾਂ ਕੋਈ ਹੋਰ ਸੀ ਜਿਹੜੀ ਉੱਥੇ ਵੇਨ ਅੱਛਾ ਉਹ ਮਾਦੀ ਹੋਰ ਸੀ ਉਹ ਲੈ ਗਿਆ 32 ਟੂਲ ਨਹੀਂ ਆਪਣਾ ਉਕਾਰ ਦੀ ਉਰਲੀ ਸਾਈਡ ਤੇ ਹਾਂਜੀ 32 ਟੂਲ ਉੱਥੇ ਕਹ ਬਾਲੀ ਕਿੰਗਰਾ ਅੱਛਾ ਜੀ ਇਕਬਾਲ ਔਰ ਬਾਲੀ ਕਿੰਗਰਾ ਹਾਂਜੀ ਉਦੋਂ ਵੇ ਮਾਦੀਆਂ ਉਹ ਮੁੱਲ ਲੈ ਗਿਆ ਮੇਰੇ ਕੋਲ ਅੱਛਾ ਜੀ ਉਹ ਮਾਦੀਆਂ ਲੈ ਗਿਆ ਤੁਹਾਡੇ ਹਾਂਜੀ ਉਹ 27 ਵਾਲੀ ਮਾਦੀ ਵੀ ਉਹ ਲੈ ਗਿਆ ਅੱਛਾ ਜੀ ਤੇ ਜਿਹੜੀ ਸ਼ੇਰਕੋਟ ਵਦੀ ਦੇ 46 ਵਦੀਏ ਉਹ ਮੀਰ ਸਾਹਿਬ ਦੀ ਮਿਹਰਬਾਨੀਆਂ ਨੇ ਰੇਟਸ ਲਾ ਦਿੱਤਾ ਆਦਮ ਮੇਰੇ ਮਗਰ ਪੈ ਗਿਆ ਹੂੰ ਤੇ ਅਖੀਰ ਮੈਨੂੰ ਦੇਣੀਆਂ ਪੈ ਗਿਆ ਦੋਵੇਂ ਮਾਦੀਆਂ ਇਹ 27 ਦੀ ਤੁਸੀਂ ਕਬੂਤਰੀ ਛੱਡੀ ਸੀ ਜੀ ਉਦੋਂ ਕਿੰਨੇ ਕਬੂਤਰ ਡੇ ਸੇ ਉੱਥੇ ਜੀ ਉੱਥੇ ਕਬੂਤਰ ਡੇ ਸੀ 23

5:30 ਵਜੇ ਜਿੱਤੀ 5:30 ਵਜੇ ਜਿੱਤਗੀ ਦਾੜੀ ਮਾਰੀ ਉੱਥੇ ਵੀ ਸਿੱਧੀ ਛੱਡੀ ਸੀ ਜਾ ਕੇ ਦੱਸੇ ਸਿੱਧੀ ਛੱਡੀ ਸੀ 27 ਟੂਲ ਮਾਸ਼ਾਅੱਲਾ ਤੇ ਕਬੂਤਰੀ ਬੈਠੀ ਰਾਤ ਅਨੇਰੇ 'ਚ ਅੱਛਾ ਰਾਤ ਨੂੰ ਬੈਠੀ ਸੀ ਰਾਤ ਨੂੰ ਬੈਠੀ ਉਹ ਤੇ ਨੇਰੇ ਦੇ ਵਿੱਚ ਜ਼ਬਰਦਸਤ ਤੋਂ ਜਿਹਨਾਂ ਦੀ ਜਗ੍ਹਾ ਤੇ ਛੱਡੀ ਸੀ ਹੂੰ ਹੂੰ ਉਹਨਾਂ ਫੇਰ ਰਾਤ ਨੂੰ ਮਾਦੀ ਉਹਦੇ ਬਾਗ ਕੇ ਦੇ ਨਾਲ ਜਨਾਬ ਬੜੇ ਠੋਲ ਤੇ ਬੜੇ ਜਨਾਬ ਡਰਾਮੇ ਉਹਨਾਂ ਕੀਤੇ ਹੂੰ ਹੂੰ ਉਮੈ ਨੂੰ ਪਤਾ ਲੱਗਿਆ ਤੇ ਮੈਂ ਉਹਨਾਂ ਨੂੰ ਬੜਾ ਉਸਾ ਕੀਤਾ ਵੀ ਤੁਸੀਂ ਇਹ ਕਿ ਡਰਾਮਾ ਬਣਾਇਆ ਸੀ ਰੋਜ਼ ਮਹਾ ਜਿਤਨੇ ਆ ਰੋਜ਼ ਹਰਨੇ ਆ ਅਸਾ ਦੇ ਕੰਮ ਆਇ ਤਰੀਕਾ ਬਸ ਉਹ ਨਵੇਂ ਪਲੇਅਰ ਹੋਣੇ ਜੀ ਨਵੇਂ ਨਵੇਂ ਕੋਈ ਜਿੱਤੇ ਨਾ ਜੀ ਫਿਰ ਉਹ ਇਸ ਤਰ੍ਹਾਂ ਦਾ ਸ਼ੌਕ ਕਰਦਾ ਲੇਕਿਨ ਹਰ ਤਰ੍ਹਾਂ ਦੀ ਬਿਲਕੁਲ ਹਰ ਦੋਸ ਦੀ ਆਪਣੀ ਹਰ ਪਲੇਅਰ ਦੀ ਆਪਣੀ ਫਿਤਰਤ ਹੁੰਦੀ ਹੈ ਜੀ ਆਪਣੀ ਫਿਤਰਤ ਦੇ ਮੁਤਾਬਿਕ ਉਹਨਾਂ ਨੇ ਜਸ਼ਨ ਬਣਾਉਣਾ ਹੁੰਦਾ ਹੈ ਉਹ ਨਵੇਂ ਨਵੇਂ ਪਲੇਅਰ ਹੋਣੇ ਨੇ ਜੀ ਜਿਹੜੇ ਇਹਨਾਂ ਨੇ ਜਸ਼ਨ ਬਣਾਇਆ ਤੇ ਦੂਸਰਾ ਜੀ ਸਾਨੂੰ ਤੁਸੀਂ ਦੱਸੋ ਹੁਣ ਜਦੜੇ ਕੋਲ ਹੁਣ ਜਿਹੜੀ ਮੌਜੂਦਾ نسل ਹੈ ਜੀ ਉਹ ਪਿਛਲੀ نسل ਹੀ ਚੱਲ ਰਹੀ ਹੈ ਜਾਂ ਤੁਸੀਂ ਉਹਦੇ ਚੋਂ ਕਿ ਤਬਦੀਲੀਆਂ ਆ ਗਈਆਂ ਨੇ ਤੇ ਕਿਸ ਤਰ੍ਹਾਂ ਤੁਸੀਂ ਆਲੇ ਕਬੂਤਰਾਂ ਦੀ ਕੇਅਰ ਕਰਦੇ ਹੋ ਜੀ ਇਹ ਵੀ ਜ਼ਰਾ ਦੱਸੋ ਤੁਹਾਨੂੰ ਪਹਿਲੇ ਨੰਬਰ ਦੇ ਤਾਂ ਇਸ ਰਜਿਸਟਰੀ ਦਾ ਸਾਰਾ ਪਤਾ ਹੈ ਹਾਂਜੀ ਮੈਨੂੰ ਤਾਂ ਪਤਾ ਹੈ ਲੇਕਿਨ ਸਾਢੇ ਦੋ ਸਾਲ ਤੋਂ ਨਹੀਂ ਪਤਾ ਹੈ ਕਬੂਤਰ ਪਹਿਲੇ ਸਾਲ ਮੇਰੇ ਕੋਲ ਹਾਂਜੀ ਖਾਸ ਕਬੂਤਰ ਸਰਦਾਰ ਆਣਾਂ ਚੋਂ ਹੂੰ ਹੂੰ ਤੇ ਤਕਰੀਬਨ ਅੱਜ ਤੋਂ ਕੋਈ 12 13 ਸਾਲ ਪਹਿਲੇ ਹਾਂਜੀ ਚੋਰੀ ਹੋਵੇ अच्छा ओना ਵਿੱਚ ਬੱਚੇ ਕੋ 10 12 ਕਬੂਤਰ ਜਿਹੜੇ ਮੈਂ ਅੰਦਰ ਕਾਬੂ ਵਿੱਚ ਰੱਖਿਓ ਸਰ ਅੱਛਾ ਜੀ ਆਗਾ ਫਿਰ ਉਹਨਾਂ ਦੀ ਕ੍ਰਾਸ ਹੂੰ ਹੂੰ ਤੇ ਆ ਹੁਣ ਤੁਹਾਡੇ ਕੋਲ ਜਾਨਵਰ ਮੌਜੂਦ ਨੇ ਉਡਾਂਦੇ ਰਾਨੇ ਨੇ ਹਰ ਜਗ੍ਹਾ ਤੇ ਤੁਹਾਡੇ ਕੋਲ ਇਹਨਾਂ ਦੀ ਇਹਨਾਂ ਦੀ ਉਸਤਾਦ ਸ਼ਰੀਫ ਦੇ ਕਬੂਤਰਾਂ ਦੀ ਇਹ ਖਾਸੀਅਤ ਹੈ ਜੀ ਕਿ ਇਹ ਸਿੱਧੇ ਉੱਡਦੇ ਨੇ ਘਰ ਵੀ ਬੜੇ ਅੱਛੇ ਪ੍ਰਵਾਸ ਕਰਦੇ ਨੇ ਤੇ ਬਾਹਰ ਜਾ ਕੇ ਵੀ ਇਹਨਾਂ ਨੂੰ ਜਿੱਥੇ ਤੁਸੀਂ ਛੱਡਣਾ ਇਨਾਂ ਨੇ ਜੱਫਾ ਪਾ ਕੇ ਓੜਣਾ ਇਹ ਦੀ ਗੱਲ ਸੁਣਾਈ ਹੈ 2 ਕਿਲੋਮੀਟਰ ਹਾਂਜੀ ਤੇ ਇਹ ਆਦੇ ਘਰ ਤੋਂ ਤਕਰੀਬਨ ਕੋ 2 ਕਿਲੋਮੀਟਰ ਜਾਂ 1 ਕਿਲੋਮੀਟਰ ਦੇ ਫਾਸਲੇ ਤੇ ਕਬੂਤਰ ਛੱਡ ਦਿੰਦੇ ਨੇ ਬਲਕਿ ਮੈਂ ਤੁਹਾਨੂੰ ਇਹ ਵਾਕਿਆ ਸੁਣਾਣਾ ਜੀ ਇਹ 2018 19 ਚ ਆਪਣੀ ਐਂਟਰੀ ਜੀ 2019 ਅਸੀਂ ਕੈਨੇਡੀ ਐਂਟਰੀ ਲਈ ਜੀ ਤੇ ਉੱਥੇ ਉਸਤਾਦ ਸਾਹਿਬ ਦੀ ਐਂਟਰੀ ਆਇਆ ਸੀ ਤੇ ਇਹਨਾਂ ਨੇ ਆਪਣੇ ਘਰੋਂ ਕਬੂਤਰ ਲਿਆ ਕੇ ਉੱਤੇ ਛੱਡ ਦਿੱਤਾ ਕੈਨੇਡੀ ਤਦੋਂ ਸੇ ਦੇਖੋ ਜੀ ਕਬੂਤਰ ਵਾਪਸ ਘਰ ਆ ਗਿਆ ਤੇ ਇਹਨਾਂ ਨੇ ਇਹ ਉੱਥੇ ਬੈਠੇ ਰਹੇ ਨੇ ਇਹਨਾਂ ਨੂੰ ਪਿੱਛੋਂ ਫੋਨ ਗਿਆ ਕਬੂਤਰ ਜੀ ਸਾਡਾ ਘਰ ਪਹੁੰਚ ਗਿਆ ਤੁਸੀਂ ਘਰ ਆ ਜਾਓ ਉਹਨਾਂ ਨੇ ਕਿਹਾ ਜੀ ਇਹਨਾਂ ਨੇ ਕਿਹਾ ਜੀ ਕਬੂਤਰ ਇਹ ਤੁਹਾਡੇ ਦੇ ਇੱਥੇ ਆਏਗਾ ਤੇ ਵਾਕਈ ਸਾਡੀ ਅਕਲ ਹੈਰਾਨ ਰਹਿ ਗਈ ਕਬੂਤਰ ਵਾਪਸ ਕਰੋ ਹੋ ਕੇ ਤੇ ਕਬੂਤਰ ਵਾਪਸ ਜਿਹੜਾ ਨੇ ਜੀ ਉੱਥੇ ਕੈਨੇਡਾ ਜਾ ਕੇ ਬੈਠਿਆ ਇਸ ਤਰ੍ਹਾਂ ਦੇ ਮਾਸ਼ੱਲਾ ਜੀ ਕਬੂਤਰ ਨੇ ਇਹਨਾਂ ਦੇ ਤੇ ਫਿਰ ਅੱਡ ਕੇ ਪੁਆਇੰਟ ਵੀ ਉਸ ਕਬੂਤਰ ਨੇ ਮੋੜ ਜੀ ਵਨ ਕੀਤਾ ਜੀ ਤੇ ਬੜੇ ਯਾਨੀ ਕਿ ਬੰਦੇ ਜੀ ਨਹੀਂ ਅਕਲਾਂ ਵਾਲੇ ਕਬੂਤਰ ਨੇ ਜਿੱਥੇ ਛੱਡ ਦਿੰਦੇ ਨੇ ਉਹ ਤੇ ਜੱਫਾ ਪਾ ਕੇ ਉੱਡਦੇ ਨੇ ਜੱਫਾ ਪਾਉਂਦ ਮਰਾਦ ਇਹ ਕਿ ਬਰ ਉਹ ਤੇ ਨਸਲ ਭਜਣ ਵਾਲੀ ਗੱਲ ਨਹੀਂ ਆਇਆ ਤੇ ਅੱਜ ਕੱਲ੍ਹ ਦੇ ਦੌਰ ਚ ਇਸ ਤਰ੍ਹਾਂ ਦੇ ਕਬੂਤਰ ਬਹੁਤ ਜਿਹੜਾ ਨਾ ਜੀ ਰੇਅਰ ਹੈਗੇ ਨੇ ਜਿਨ੍ਹਾਂ ਲੋਕਾਂ ਕੋਲ ਹੈਗੇ ਨੇ ਉਹਨਾਂ ਨੇ ਬੜੇ ਸੰਭਾਲ ਕੇ ਰੱਖਿਆ ਹੋਏ ਨੇ ਤੇ ਇਸ ਤਰ੍ਹਾਂ ਦੇ ਕਬੂਤਰ ਅੱਜ ਕੱਲ੍ਹ ਨਹੀਂ ਮਿਲਦੇ ਅੱਜ ਕੱਲ੍ਹ ਲੋਕਾਂ ਨੇ ਕ੍ਰਾਸ ਪਾ ਪਾ ਕਬੂਤਰ ਇੰਨੇ ਤੇਜ਼ ਤੇ ਕੋੜੇ ਕਰ ਲੈਨੇ ਅੱਡੇ ਵਾਲੇ ਕਬੂਤਰ ਜ਼ਿਆਦਾ ਨਹੀਂ ਲੋਕਾਂ ਕੋਲ ਲੇਕਿਨ ਇਸ ਤਰ੍ਹਾਂ ਦੇ ਕਬੂਤਰ ਜਿਹੜੇ ਘਰ ਵੀ ਅੱਛਾ ਪਰਫਾਰਮ ਕਰਨ ਤੇ ਬਾਹਰ ਜਾ ਕੇ ਵੀ ਅੱਛਾ ਜਿਹੜਾ ਰਿਜ਼ਲਟ ਦੇਣ ਜਾਂ ਅੱਛੀ ਪਰਫਾਰਮੈਂਸ ਦੇਣ ਉਹ ਕਬੂਤਰ ਬਹੁਤ ਜਿਹੜਾ ਨਾ ਜੀ ਬਹੁਤ ਲੋਕਾਂ ਬਹੁਤ ਹੀ ਕਮ ਲੋਕਾਂ ਕੋਲ ਰਹੇ ਗਨੇ ਨੇ ਤੇ ਮਾਸ਼ਾਅੱਲਾ ਜੀ ਆ 우ਸਤਾਦ ਸ਼ਰੀਫ ਦੇ ਗੱਲਾਂ ਤੁਸੀਂ ਸੁਣੀਆਂ ਮਹਿਜ਼ੂਜ਼ ਹੋਏ ਬੜਾ ਅੱਛਾ ਬੜਾ ਮਜ਼ਾ ਆਇਆ ਜੀ ਇਹਨਾਂ ਨਾਲ ਗੱਪਸ਼ਪ ਕਰਨ ਦਾ ਤੇ ਬਾਕੀ ਹੁਣ ਤੁਹਾਡੇ ਕੋਲ ਇਜਾਜ਼ਤ ਲੈਣੇ ਆ ਜੀ ਇੱਕ ਅਲੱਗਤ ਅਸੀਂ ਵੀਡੀਓ ਰਿਕਾਰਡ ਕਰਾਂਗੇ ਇਹਨਾਂ ਦੇ ਕਬੂਤਰਾਂ ਦੀ ਜੀ ਤੇ ਉਹ ਵੀ ਇਨਸ਼ਾਅੱਲਾ ਚੈਨਲ ਤੇ ਅਪਲੋਡ ਕਰਾਂਗੇ ਤੇ ਇਹਨਾਂ ਦੇ ਜਿਹੜੇ ਬਰੀਡਰ ਕਬੂਤਰ ਨੇ ਜਾਂ ਪਟੀਆਂ ਪੱਠੇ ਜੋ ਵੀ ਆ ਉਹਨਾਂ ਦਾ ਵੀ ਸ਼ੌਕਦਾਨੂ ਕਰਾਵਾਂਗੇ ਤੇ ਉਹ ਅਸੀਂ علیحد ਦਾ ਇੱਕ 파ਟ علیحد ਦਾ ਵੀਡੀਓ ਰਿਕਾਰਡ ਕਰਾਂਗੇ ਉਹ ਵੀ ਚੈਨਲ ਤੇ ਅਪਲੋਡ ਕਰਾਂਗੇ ਤੇ ਬਾਕੀ ਅਗਰ ਤੁਹਾਨੂੰ ਵੀਡੀਓ ਸਾਡੀ ਅੱਛੀ ਲੱਗਦੀ ਹੈ ਤੇ ਉਹ ਆਦੇ ਦੋਸਤਾਂ ਨਾਲ ਵੀ ਸ਼ੇਅਰ ਕਰਿਆ ਕਰੋ ਤੇ ਲਾਲ ਬਟਨ ਹੈ ਜੀ ਇੱਕ ਚੈਨਲ ਦੇ ਥੱਲੇ ਤੁਹਾਨੂੰ ਨਜ਼ਰ ਆਏਗਾ ਲਾਲ ਬਟਨ ਉਹਨੂੰ ਤੁਸੀਂ ਪ੍ਰੈਸ ਕਰੋਗੇ ਤੇ ਸਾਡਾ ਚੈਨਲ ਜੈ ਉਹ ਸਬਸਕ੍ਰਾਈਬ ਹੋ ਜਾਏਗਾ ਇਹ ਤੁਹਾਡੀ ਮੁਹੱਬਤ ਹੈ ਜਿਹੜੀ ਤੁਸੀਂ ਸਾਡੇ ਨਾਲ ਕਰਦੇ ਹੋ ਬਟਨ ਪ੍ਰੈਸ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰਦੇ ਹੋ अपना बहुत सारा ख्याल रखा कि इंशाल्लाह जी मिलਾਂਗੇ ਤੁਹਾਡੇ ਨਾਲ ਨੈਕਸਟ ਵੀਡੀਓ ਚ ਤੇ ਕਿਸੇ ਨੈਕਸਟ ਟਾਪਿਕ ਦੇ ਨਾਲ ਆਦਾ ਬਹੁਤ ਸਾਰਾ ਖਿਆਲ ਰੱਖਿਆ ਜੀ ਅੱਲਾ ਹਾਫਿਜ਼ ਲਾਲ ਬਟਨ ਪ੍ਰੈਸ ਕਰ ਦੇ